ਸਤਨਾਮ ਵਾਹਿਗੁਰੂ ਸਾਹਿਬ ਜੀਓ ਸ਼ਿਵ ਸ਼ਕਤ ਆਪ ਉਪਾਈ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਮੁਕਤ ਹੋਵੈ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇਕਸ ਸਿਉ ਲਿਵ ਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਆਨੰਦ ਸਾਹਿਬ ਦੀ ਲੜੀਵਾਰ ਵਿਆਖਿਆ ਦੇ ਅੰਦਰ ਅੱਜ ਜਿਸ ਪੌੜੀ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ ਧੰਨ ਗੁਰੂ ਅਮਰਦਾਸ ਸੱਚੇ ਪਿਤਾ ਜੀ ਦੇ ਪਾਵਨ ਅੰਮ੍ਰਿਤ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਇਹ ਆਨੰਦ ਸਾਹਿਬ ਦੀ 26ਵੀਂ ਪੌੜੀ ਹੈ। ਇਸ ਪੌੜੀ ਦੇ ਅੰਦਰ ਹਜ਼ੂਰ ਨੇ ਉਸ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਕਰਤਾ ਗੁਣ ਹੈ ਉਹ ਅਕਾਲ ਪੁਰਖ ਵਾਹਿਗੁਰੂ ਆਪ ਸ੍ਰਿਸ਼ਟੀ ਪੈਦਾ ਕਰਕੇ ਸਾਰੇ ਜੀਵਾਂ ਨੂੰ ਪੈਦਾ ਕਰਕੇ ਕਿਵੇਂ ਆਪਣਾ ਹੁਕਮ ਸਾਰੀ ਕੁਦਰਤ ਉੱਤੇ ਚਲਾ ਰਿਹਾ ਹੈ ਉਹਦੀ ਵਿਆਖਿਆ ਹਜ਼ੂਰ ਨੇ ਇਸ ਪੌੜੀ ਦੇ ਅੰਦਰ ਕੀਤੀ ਹੈ। ਵੈਸੇ ਆਦਿ ਕਾਲ ਤੋਂ ਹੀ ਜਦੋਂ ਤੋਂ ਮਨੁੱਖ ਨੇ ਹੋਸ਼ ਸੰਭਾਲੀਏ ਗਿਆਨ ਦੀ ਪ੍ਰਾਪਤੀ ਦੇ ਲਈ ਧਰਮ ਦੇ ਰਾਹ ਤੇ ਚੱਲ ਕੇ ਸਾਇੰਸ ਦੇ ਰਾਹ ਤੇ ਚੱਲ ਕੇ ਕੁਝ ਸਵਾਲਾਂ ਦੇ ਜਵਾਬ ਬੰਦਾ ਲੱਭਦਾ ਆ ਰਿਹਾ ਹੈ। ਐਗਜ਼ਾਮਪਲ ਦੇ ਤੌਰ ਤੇ ਬੰਦੇ ਦੀ ਜ਼ਿੰਦਗੀ ਦਾ ਸਭ ਤੋਂ ਪ੍ਰਮੁੱਖ ਇੱਕ ਸਵਾਲ ਰਿਹਾ ਹੈ ਕਿ ਸ੍ਰਿਸ਼ਟੀ ਕਿਵੇਂ ਬਣੀ ਕਿਉਂ ਬਣੀ ਇਹਨੂੰ ਸਾਜਣ ਦਾ ਮਕਸਦ ਕੀ ਸੀ। ਇਹਦੇ ਵਿੱਚ ਬੰਦੇ ਦੀ ਬੜੀ ਦਿਲਚਸਪੀ ਰਹੀ ਹੈ ਤੇ ਹਰ ਮਦਰ ਦੇ ਅੰਦਰ ਵੀ ਵੈਸੇ ਇਹਨਾਂ ਸਵਾਲਾਂ ਦਾ ਆਪਣੇ ਵੱਲੋਂ ਜਵਾਬ ਦੇਣ ਦਾ ਯਤਨ ਕੀਤਾ ਗਿਆ ਹੈ ਤੇ ਧਰਮਾਂ ਨੇ ਵੀ ਤੇ ਆਮ ਸਾਇੰਸ ਦੀ ਦੁਨੀਆ ਦੇ ਅੰਦਰ ਵੀ ਵਿਦਵਾਨ ਸਮੇਂ ਸਮੇਂ ਦੇ ਸਿਰ ਤੇ ਉਹ ਆਪਣੇ ਖੋਜ ਪੱਤਰ ਰਿਸਰਚ ਪੇਪਰ ਆਮ ਕਰਕੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਰਹਿੰਦੇ ਨੇ ਪਤਾ ਲੱਗ ਸਕੇ ਵੀ ਸ੍ਰਿਸ਼ਟੀ ਕਿਵੇਂ ਬਣੀ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਪਜੀ ਸਾਹਿਬ ਦੀ ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ। ਹਜ਼ੂਰ ਕਹਿੰਦੇ ਨੇ ਸ੍ਰਿਸ਼ਟੀ ਕਦੋਂ ਬਣੀ ਇਸ ਗੱਲ ਦਾ ਕਿਸੇ ਨੂੰ ਅਸਲ ਦੇ ਵਿੱਚੋਂ ਪਤਾ ਨਹੀਂ ਲੱਗ ਸਕਿਆ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਭਾਵੇਂ ਕਿ ਆਪਣੇ ਆਪਣੇ ਵੱਲੋਂ ਉਹਨਾਂ ਨੇ ਚੋਰੀਆਂ ਪੇਸ਼ ਕੀਤੀਆਂ। ਕਿਸੇ ਨੇ ਕਿਹਾ ਸ਼ਿਵਜੀ ਜੀ ਦੇ ਘਰ ਦੇ ਵਿੱਚੋਂ ਇੱਕ ਵਾਰ ਸਿਰਪੁਰਬ ਹੋਈ ਪਹਿਲਾਂ ਪਾਣੀ ਸੀ ਉਹਦੇ ਉੱਤੇ ਵਿਛਾ ਦਿੱਤੀ ਉੱਥੋਂ ਸ੍ਰਿਸ਼ਟੀ ਬਣ ਗਈ। ਕਿਸੇ ਨੇ ਦੂਸਰਾ ਇਸੇ ਖਿਆਲ ਨੂੰ ਕੰਡੈਮ ਕਰਕੇ ਦੂਜੇ ਕੰਨ ਦੇ ਵਿੱਚੋਂ ਕੁਰਬ ਹੋਈ ਉਹਨੂੰ ਬਾਹਰ ਮਹਿਲ ਨੂੰ ਜਦੋਂ ਬਾਹਰ ਕੱਢਿਆ ਗਿਆ ਤੇ ਮੱਧ ਤੇ ਕੀਟਕ ਦੋ ਰਾਕਸ਼ਸ ਪੈਦਾ ਹੋਏ। ਉਹਨਾਂ ਦੀ ਕਹਿੰਦੇ ਨੇ ਸਮੁੰਦਰ ਤੇ ਕਈ ਸਾਲ ਜੰਗ ਹੁੰਦੀ ਰਹੀ ਉਹਨਾਂ ਦੇ ਖੋਪੜ ਪਾਟੇ ਤੇ ਫਿਰ ਜਿਹੜੀ ਮਿੱਝ ਨਿਕਲੀ ਨਾ ਉਹਦੇ ਤੋਂ ਇਸ ਧਰਤੀ ਬਣੀ ਜਿਸ ਕਰਕੇ ਇਹਨੂੰ ਮੇਦਨੀ ਵੀ ਕਿਹਾ ਗਿਆ ਸੀ। ਗੁਰੂ ਸਾਹਿਬ ਜੀ ਤੋਂ ਪਹਿਲਾਂ ਇਹ ਧਾਰਮਿਕ ਗ੍ਰੰਥਾਂ ਦੇ ਵਿੱਚ ਧਰਤੀ ਦੇ ਲਈ ਮੇਦਨੀ ਲਫ਼ਜ਼ ਵਰਤਿਆ ਜਾਂਦਾ ਸੀ ਜਿਹਦਾ ਮਤਲਬ ਸੀ ਮਿੱਝ ਤੋਂ ਤਿਆਰ ਕੀਤੀ ਹੋਈ।
ਜਿਸ ਕਰਕੇ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਵੀ ਜ਼ਿਕਰ ਕੀਤਾ 84 ਮੇਦਨੀ ਉੱਤੇ ਮੇਦਨੀ ਦਾ ਜਿਹੜਾ ਸ਼ਬਦ ਹਜ਼ੂਰ ਨੇ ਵਰਤਿਆ। ਇਸੇ ਤਰ੍ਹਾਂ ਹੋਰ ਖਿਆਲ ਵੀ ਬੜੇ ਪੈਦਾ ਕੀਤੇ ਗਏ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਉਹਨਾਂ ਨੂੰ ਪਤਾ ਨਹੀਂ ਲੱਗ ਸਕਿਆ। ਜੇ ਕਿਤੇ ਕਰੈਕਟ ਪਤਾ ਹੁੰਦਾ ਤੇ ਕੋਈ ਨਾ ਕੋਈ ਪੁਰਾਣਾ ਦੇ ਵਿੱਚ ਲੇਖ ਅਥੈਂਟਿਕ ਹੋਣਾ ਸੀ ਜਿਹਨੂੰ ਲੋਕਾਂ ਨੇ ਮੰਨ ਲੈਣਾ ਸੀ। ਫਿਰ ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਪੁਰਾਣ ਵੱਡੇ ਵੱਡੇ ਕਾਜੀਆਂ ਨੂੰ ਵੀ ਪਤਾ ਨਹੀਂ ਲੱਗਾ। ਵੇਖੋ ਗੁਰੂ ਸਾਹਿਬ ਜੀ ਦਾ ਸਾਹਿਤ ਦੀ ਸਟੱਡੀ ਕਿੰਨੀ ਸੀ ਉਸ ਸਮੇਂ। ਅੱਜ ਦੁਨੀਆਂ ਦੇ ਅੰਦਰ ਇਹ ਗੱਲ ਪ੍ਰਗਟ ਹੈ ਵੀ ਕੁਰਾਨ ਸ਼ਰੀਫ ਵੀ ਹਜ਼ਰਤ ਮੁਹੰਮਦ ਸਾਹਿਬ ਨੇ ਆਪ ਨਹੀਂ ਲਿਖਿਆ, ਉਹਨਾਂ ਤੋਂ ਬਾਅਦ 400 ਸਾਲ ਲਿਖਿਆ ਗਿਆ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਉਹਨਾਂ ਕਾਜ਼ੀਆਂ ਨੇ ਵੀ ਇਹ ਵਕਤ ਦਾ ਸ਼ਬਦ ਦੀ ਨਾ ਮਿਸ ਇੰਟਰਪ੍ਰੀਟੇਸ਼ਨ ਪਾਰਟੀਸ਼ਨ ਦੇ ਸਮੇਂ ਵੀ ਕੀਤੀ ਜਾਂਦੀ ਰਹੀ, ਕਿਉਂਕਿ ਉੱਥੇ ਇੱਕ ਮੁਸਲਮਾਨਾਂ ਦਾ ਫਿਰਕਾ ਸੀ ਕਾਜ਼ੀਆਂ ਦਾ, ਉਧਰੋਂ ਉਧਰੋਂ ਮਾਰਕਾਟ ਬੜੀ ਹੋਈ ਤੇ ਲੋਕਾਂ ਨੂੰ ਉਧਰ ਉਧਰ ਜਾਣਾ ਪੈਣਾ ਸੀ। ਤੇ ਕਾਜ਼ੀਆਂ ਦੇ ਜਿਹੜੇ ਮੁਸਲਮਾਨ ਸਨ ਉਹਨਾਂ ਨੇ ਨਾ ਕਾਜ਼ੀਆਂ ਦੇ ਆਮ ਕਰਕੇ ਸਿੱਖਾਂ ਨੂੰ ਕਿਹਾ ਸੀ ਵੀ ਵੇਖੋ ਤੁਹਾਡੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਲਿਖ ਗਏ ਨੇ ਵੀ ਵਕਤ ਨਾ ਪਾਇਓ ਕਾਜ਼ੀਆਂ, ਵੀ ਕਾਜ਼ੀਆਂ ਦੇ ਜਿਹੜੇ ਮੁਸਲਮਾਨ ਨੇ ਇਹਨਾਂ ਨੂੰ ਵਕਤ ਨਾ ਪਾਇਓ, ਬਾਕੀ ਆਸੇ ਪਾਸੇ ਜੋ ਮਰਜ਼ੀ ਕਰਦੇ ਰਹੋ ਤੇ ਇਹਨਾਂ ਨੂੰ ਜਿਹੜਾ ਤੰਗ ਨਾ ਕਰਿਓ। ਤੇ ਉਹ ਮਿਸ ਇੰਟਰਪ੍ਰੀਟੇਸ਼ਨ ਵੀ ਕਰਦੇ ਰਹੇ ਇਸ ਪੰਕਤੀ ਦੀ, ਪਰ ਉੱਥੇ ਮਤਲਬ ਹੈ ਵੀ ਕਾਜ਼ੀਆਂ ਨੂੰ ਵੀ ਪਤਾ ਨਹੀਂ ਲੱਗ ਸਕਿਆ। ਜੇ ਲੱਗ ਸਕਿਆ ਹੁੰਦਾ ਵੀ ਸ੍ਰਿਸ਼ਟੀ ਕਦੋਂ ਪੈਦਾ ਹੋਈ ਹੈ ਤੇ ਉਹਨਾਂ ਨੇ ਵੀ ਕੋਈ ਕੁਰਾਨ ਦੇ ਵਿੱਚ ਲੇਖ ਲਿਖ ਦੇਣਾ ਸੀ। ਫਿਰ ਤੀਸਰਾ ਫਿਰਕਾ ਸੀ ਜੋਗੀ, ਚਿੱਤ ਵਾਰ ਨਾ ਜੋਗੀ ਜਾਣਾ ਮਰੁੱਤ ਮਾਨਾ ਕੋਈ। ਇਹਨਾਂ ਤੋਂ ਇਲਾਵਾ ਹੋਰ ਕੋਈ ਧਾਰਮਿਕ ਜਿਹੜੇ ਫਿਰਕੇ ਨਹੀਂ ਸੀ ਹਿੰਦੁਸਤਾਨ ਦੇ ਵਿੱਚ। ਤੇ ਗੁਰੂ ਸਾਹਿਬ ਜੀ ਨੇ ਲਾਸਟ ਦੇ ਵਿੱਚ ਆਪਣੇ ਵੱਲੋਂ ਵਿਊ ਦਿੰਦਿਆਂ ਹੋਇਆ ਵੀ ਜੇ ਮੈਨੂੰ ਪੁੱਛਦੇ ਜਾਂ ਕਰਤਾ ਸਰਟੀ ਕੋ ਸਾਜੇ ਆਪੇ ਜਾਣ ਸੋਈ। ਸਾਇੰਸ ਦੀ ਵੀ ਥਿਊਰੀ ਦੇ ਮੁਤਾਬਕ, ਬਿਗ ਬੈਂਗ ਥਿਊਰੀ ਦੇ ਮੁਤਾਬਕ ਮੰਨਿਆ ਜਾਂਦਾ ਕਿ ਬਲਾਸਟ ਹੋਇਆ, ਉਸ ਧਮਾਕੇ ਤੋਂ ਬਾਅਦ ਗੈਸਾਂ ਬਣੀਆਂ, ਗੈਸਾਂ ਤੋਂ ਪਾਣੀ ਬਣਿਆ, ਪਾਣੀ ਤੋਂ ਇਹ ਸ੍ਰਿਸ਼ਟੀ ਦੀ ਜਿਹੜੀ ਹੋਂਦ ਦੇ ਵਿੱਚ ਆਈ। ਦੂਸਰੀ ਥਿਊਰੀ ਸਟੱਡੀ ਸਟੇਟ ਥਿਊਰੀ ਦੇ ਮੁਤਾਬਕ ਮੰਨਿਆ ਜਾਂਦਾ ਹੈ ਕਿ ਐਵਰੀਥਿੰਗ ਹੈਜ਼ ਕਮ ਫਰੋਮ ਅਦਰ ਥਿੰਗ ਐਲਸ, ਹਰ ਚੀਜ਼ ਕਿਸੇ ਦੂਸਰੀ ਚੀਜ਼ ਤੋਂ ਬਣੀ, ਪਰ ਸਭ ਤੋਂ ਪਹਿਲਾਂ ਕੀ ਸੀ ਸ੍ਰਿਸ਼ਟੀ ਬਣਨ ਤੋਂ ਇਸ ਦੁਨੀਆਂ ਦੇ ਅੰਦਰ ਪਹਿਲਾਂ। ਇੱਥੇ ਆ ਕੇ ਉਹਨਾਂ ਦੇ ਕੋਲ ਵੀ ਕੋਈ ਜਵਾਬ ਨਹੀਂ ਹੁੰਦਾ ਵੀ ਇਹ ਪੰਜ ਤੱਤ ਕਿੱਥੋਂ ਪੈਦਾ ਹੋ ਗਏ। ਮੈਂ ਥੋੜ੍ਹੀ ਜਿਹੀ ਐਗਜ਼ਾਮਪਲ ਤੁਹਾਡੇ ਸਾਹਮਣੇ, ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਗੁਰਦਿੱਤ ਸਿੰਘ ਜੀ, ਸਵਾਮੀ ਦਯਾਨੰਦ ਜੀ ਦੇ ਨਾਲ ਉਹਨਾਂ ਦੀ ਆਰਿਆ ਸਮਾਜੀ ਨਾਲ ਕਈ ਵਾਰੀ ਵਾਰਤਾਲਾਪ 3 ਵਾਰੀ ਹੋਈ ਸੀ। ਉਹ ਅਸਲ ਵਿੱਚ ਗੁਰੂ ਨਾਨਕ ਸਾਹਿਬ ਦੇ ਵੀ ਖਿਲਾਫ਼ ਬੋਲਦੇ ਸਨ ਵੀ ਗੁਰੂ ਨਾਨਕ ਸਾਹਿਬ ਜੀ ਕੋਈ ਵਿਦਵਾਨ ਨਹੀਂ ਸੀ, ਉਹਨਾਂ ਨੂੰ ਸੰਸਕ੍ਰਿਤ ਨਹੀਂ ਸੀ ਆਉਂਦੀ ਤੇ ਸਿੱਖੀ ਦੇ ਵਿੱਚ ਵੀ ਕਮੀਆਂ ਕਰਦੇ ਸੀ। ਇੱਥੋਂ ਤੱਕ ਵੀ ਬੜੇ ਬੰਦਿਆਂ ਨੂੰ ਪ੍ਰੇਰਨਾ ਕਰਕੇ ਉਹਨਾਂ ਨੇ ਆਰਿਆ ਸਮਾਜੀ ਵੀ ਬਣਾ ਲਿਆ ਸੀ ਸਿੱਖਾਂ ਨੂੰ। ਤੇ ਸਿੱਖ ਵੀ ਕਿਉਂਕਿ ਉਹ ਮੂਰਤੀ ਦੀ ਪੂਜਾ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਆਰਿਆ ਸਮਾਜੀ, ਇਸ ਕਰਕੇ ਉਹਦੀ ਵਿਚਾਰਧਾਰਾ ਨੂੰ ਕਈ ਵਾਰੀ ਬਿਲਕੁਲ ਗੁਰਮਤ ਦੀ ਵਿਚਾਰਧਾਰਾ ਦਾ ਭੁਲੇਖੇ ਦਾ ਵੀ ਸ਼ਿਕਾਰ ਹੁੰਦੇ ਸਨ ਤੇ ਆਪਣੇ ਵੱਲੋਂ ਪੈਸੇ ਖਰਚ ਕੇ ਵੀ ਉਹਦੇ ਵੱਡੇ ਵੱਡੇ ਸਮਾਗਮ ਆਰਗੇਨਾਈਜ਼ ਕਰਦੇ ਰਹੇ ਤੇ ਜਿਹੜਾ ਗੁਰੂ ਸਾਹਿਬ ਦੇ ਖਿਲਾਫ਼ ਵੀ ਬਾਅਦ ਦੇ ਵਿੱਚ ਬੋਲਣ ਲੱਗ ਪਿਆ ਸੀ। ਉਹਦੇ ਨਾਲ ਜਦੋਂ ਗਿਆਨੀ ਗੁਰਦਿੱਤ ਸਿੰਘ ਜੀ ਦੀ ਵਿਚਾਰਧਾਰਾ ਹੋਈ ਨਾ ਤੇ ਕਾਫ਼ੀ ਲੋਕ ਬੈਠੇ ਸੀ, ਉਹਨਾਂ ਨੇ ਕਿਹਾ ਜੋ ਸਵਾਲ ਮੇਰੇ ਤੇ ਕਰਨਾ ਕਰ ਲਓ। ਤੇ ਉਹਨਾਂ ਨੇ ਸ੍ਰਿਸ਼ਟੀ ਦੇ ਬਾਰੇ ਸਵਾਲ ਕੀਤਾ ਸੀ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਕੁਝ ਹੋਰ ਕਹਿੰਦੀ ਹੈ ਤੇ ਵੇਦਾਂ ਦੀ ਵਿਚਾਰਧਾਰਾ ਕੁਝ ਹੋਰ ਕਹਿੰਦੀ ਸੀ। ਤੇ ਉਹਨਾਂ ਨੇ ਕਿਹਾ ਸਵਾਮੀ ਜੀ ਇਹ ਕਿਰਪਾ ਕਰਕੇ ਦੱਸੋ ਵੀ ਪਰਮਾਤਮਾ ਨੇ ਜਗਤ ਕਿੱਥੋਂ ਬਣਾਇਆ। ਤੇ ਉਹਨਾਂ ਨੇ ਕਿਹਾ ਵੀ ਜਗਤ ਪਰਮਾਣੂ ਸਭ ਤੋਂ ਛੋਟਾ, ਜਿਵੇਂ ਤੁਸੀਂ ਵੇਖੋ ਆਕਾਸ਼ ਦੀ ਕਿਰਨ ਥੱਲੇ ਪਏ ਨਾ ਉਹਦੀ ਸੂਰਜ ਦੀ ਤੇ ਆਪਾਂ ਨੂੰ ਮਿੱਟੀ ਦੇ ਕਣ ਛੋਟੇ ਛੋਟੇ ਉਹਦੇ ਵਿੱਚ ਲੱਗਦੇ ਨੇ ਵੀ ਵਿੱਚ ਮਿੱਟੀ ਉੱਡ ਰਹੀ, ਜਿਵੇਂ ਉਹ ਸਭ ਤੋਂ ਛੋਟਾ ਹਿੱਸਾ ਵੈਸੇ ਇਕਾਈ ਪਰਮਾਣੂ ਹੁੰਦਾ ਤੇ ਵਿਦਵਾਨ ਜਾਂ ਸਾਇੰਸ ਪਹਿਲਾਂ ਅਨੁਮੰਨਦੀ ਸੀ ਫਿਰ ਪਰਮਾਣੂ। ਤੇ ਉਹਨਾਂ ਪਰਮਾਣੂਆਂ ਦੇ ਮਿਲਾਪ ਤੋਂ ਜਗਤ ਉਹਨਾਂ ਨੇ ਕਿਹਾ ਬਣਿਆ। ਕਹਿੰਦੇ ਪੰਜ ਤੱਤ ਸਨ, ਚਾਰ ਤੱਤ ਤੋਂ ਬਣੀ ਸ੍ਰਿਸ਼ਟੀ ਹੋਂਦ ਦੇ ਵਿੱਚ, ਆਕਾਸ਼ ਤੱਤ ਵੱਖਰਾ ਤੇ ਉਹਦੇ ਵਿੱਚ ਅੱਗ ਪਾਣੀ ਤੇ ਹਵਾ ਧਰਤੀ ਇਹ ਸਾਰੇ ਚਾਰ ਤੱਤ ਮੰਨੇ ਗਏ। ਉਹ ਕਹਿੰਦੇ ਕਿਵੇਂ? ਕਹਿੰਦੇ ਵੀ ਇਹ ਵੀ ਤੱਤ ਪਹਿਲਾਂ ਮੌਜੂਦ ਸਨ ਤੇ ਰੱਬ ਵੀ ਇਹ ਹੈ ਸੀ, ਇਹ ਤੱਤ ਅਨਾਦੀ। ਅਨਾਦੀ ਦਾ ਮਤਲਬ ਹੈ ਕਿ ਅਸਲ ਵਿੱਚ ਇੱਕਦਮ ਨਹੀਂ ਰੱਬ ਨੇ ਨਹੀਂ ਬਣਾਈ ਕੁਦਰਤ, ਉਸ ਤੋਂ ਪਹਿਲਾਂ ਰੱਬ ਵੀ ਪੈਰਲਰ ਹੈ ਸੀ ਤੇ ਪੰਜ ਤੱਤ ਵੀ ਜਿਹੜੇ ਹੈ ਸਨ। ਉਹ ਜਿਹੜੀ ਫਿਲੋਸਫੀ ਇਸ ਤਰ੍ਹਾਂ ਮੰਨਦੇ ਨੇ, ਉਹ ਕਹਿੰਦੇ ਵੀ ਇਸ ਨੂੰ ਪੰਜਾਂ ਤੱਤਾਂ ਨੂੰ ਜਿਹੜਾ ਜੋੜ ਜੋੜ ਕੇ ਰੱਬ ਨੇ ਜਗਤ ਬਣਾ ਦਿੱਤਾ। ਸਵਾਮੀ ਦਯਾਨੰਦ ਜੀ ਨੇ ਜਦੋਂ ਇਹ ਗੱਲ ਕਹੀ
ਤੇ ਗਿਆਨੀ ਗੁਰਦਿੱਤ ਸਿੰਘ ਜੀ ਨੇ ਜਵਾਬ ਦਿੱਤਾ ਵੀ ਇਹਦਾ ਮਤਲਬ ਰੱਬ ਉਸ ਔਰਤ ਬੁੱਢੀ ਦੀ ਤਰ੍ਹਾਂ ਸ਼ਬਦਾਵਲੀ ਪੰਜਾਬੀ ਦੀ ਜਾਂ ਅੰਮ੍ਰਿਤਸਰ ਦੀ ਬੁੱਢੀ ਵਰਤਿਆ ਜਾਂਦਾ ਸੀ ਵੀ ਜਿਹਦੇ ਸਾਹਮਣੇ ਆਪਾਂ ਆਟਾ ਰੱਖ ਦਈਏ ਪਾਣੀ ਰੱਖ ਦਈਏ ਚੌਲ ਰੱਖ ਦਈਏ ਦਾਲ ਰੱਖ ਦਈਏ ਤੇ ਉਹ ਜਿਵੇਂ ਰੋਟੀ ਪਕਾ ਕੇ ਤਿਆਰ ਕਰ ਦਿੰਦੀ ਹੈ ਇਹਦਾ ਮਤਲਬ ਰੱਬ ਵੀ ਉਸ ਬੁੱਢੀ ਦੀ ਤਰ੍ਹਾਂ ਵੀ ਉਹਦੇ ਕੋਲ ਪੰਜ ਤੱਤ ਪਹਿਲਾਂ ਮੌਜੂਦ ਸਨ ਉਹ ਸੁਤੰਤਰ ਕਰਤਾ ਨਹੀਂ ਪਰਤੰਤਰ ਕਰਤਾ ਪਰਤੰਤਰ ਦਾ ਮਤਲਬ ਜੇ ਉਹ ਤੱਤ ਨਾ ਹੁੰਦੇ ਤਾਂ ਰੱਬ ਵੀ ਸ੍ਰਿਸ਼ਟੀ ਨਹੀਂ ਸੀ ਬਣਾ ਸਕਦਾ ਇਹਦਾ ਮਤਲਬ ਉਹ ਬੁੱਢੀ ਦੀ ਤਰ੍ਹਾਂ ਤੇ ਸਵਾਮੀ ਦਯਾਨੰਦ ਨੇ ਇੱਕਦਮ ਮਜ਼ਾਕ ਉਡਾਉਂਦੇ ਨਾ ਲੋਕਾਂ ਦੇ ਵਿੱਚ ਕਿਹਾ ਵੀ ਫਿਰ ਕਿਰਪਾ ਕਰੋ ਵੀ ਕਿਸੇ ਬੁੱਢੀ ਨੂੰ ਲਿਆ ਕੇ ਉਹਦੇ ਕੋਲੋਂ ਜਗਤ ਬਣਾ ਕੇ ਦਿਖਾਓ ਵੀ ਇਸ ਤਰ੍ਹਾਂ ਸ੍ਰਿਸ਼ਟੀ ਦੀ ਰਚਨਾ ਤੇ ਗਿਆਨੀ ਗੁਰਦਿੱਤ ਸਿੰਘ ਵੀ ਬੜੇ ਵਿਦਵਾਨ ਸਨ ਉਹ ਕਹਿੰਦੇ ਪਹਿਲਾਂ ਮੈਂ ਤੁਹਾਨੂੰ ਆਟਾ ਲਿਆ ਕੇ ਦਿੰਦਾ ਪਾਣੀ ਲਿਆ ਕੇ ਦਿੰਦਾ ਰੱਬ ਕੋਲੋਂ ਰੋਟੀ ਪਕਵਾ ਕੇ ਦਿਖਾ ਵੀ ਜੇ ਤੂੰ ਕਹਿੰਦਾ ਵੀ ਅਸਲ ਦੇ ਵਿੱਚ ਰੱਬ ਜਿਹੜਾ ਬੁੱਢੀ ਦੀ ਤਰ੍ਹਾਂ ਹੈ ਤੇ ਬੁੱਢੀ ਕੋਲੋਂ ਸ੍ਰਿਸ਼ਟੀ ਬਣਾ ਕੇ ਉਹ ਕਹਿੰਦਾ ਪਹਿਲਾਂ ਆਪਣੇ ਰੱਬ ਕੋਲੋਂ ਪਹਿਲਾਂ ਰੋਟੀ ਪਕਵਾ ਕੇ ਦਿਖਾਓ ਕਹਿਣ ਦਾ ਮਤਲਬ ਇੱਥੇ ਉਹਨਾਂ ਦੀ ਡਿਬੇਟ ਜਿਹੜੀ ਖਤਮ ਹੋਈ ਅਸਲ ਵਿੱਚ ਗੁਰੂ ਸਾਹਿਬ ਜੀ ਨੇ ਇਹਦਾ ਜਵਾਬ ਅੱਗੇ ਚੱਲ ਕੇ ਦਿੱਤਾ ਅਰਬਦ ਨਰਬਦ ਧੁੰਦੂ ਘਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਅਰਬਾਂ ਸਾਲ ਪਹਿਲਾਂ ਜਦੋਂ ਬਿਲਕੁਲ ਬੰਦੇ ਨੂੰ ਪਤਾ ਨਹੀਂ ਜਿਹੜਾ ਬਿਲਕੁਲ ਨਥਿੰਗ ਦੀ ਹੋਂਦ ਨਹੀਂ ਸੀ ਰੱਬ ਸੀ ਨਿਰਗੁਣ ਸਰੂਪ ਦੇ ਵਿੱਚ ਨਿਰੰਕਾਰ ਆਕਾਰ ਉਪਾਇਆ ਇਹ ਗੱਲ ਯਾਦ ਰੱਖਣੀ ਕਈ ਵਾਰੀ ਅਸੀਂ ਸੋਚ ਰਹੇ ਹਾਂ ਕਿ ਰੱਬ ਕਰਤਾ ਤੇ ਸਾਡੇ ਮਨ ਦੇ ਅੰਦਰ ਹੋਰ ਤਰ੍ਹਾਂ ਦੀ ਤਸਵੀਰ ਬਣਦੀ ਜਿਵੇਂ ਮੰਨ ਲਓ ਇਹ ਬਿਲਡਿੰਗ ਹੈ ਤੇ ਮਟੀਰੀਅਲ ਵੱਖਰਾ ਹੈ ਤੇ ਬਣਾਉਣ ਵਾਲਾ ਰਾਜ ਮਿਸਤਰੀ ਵੱਖਰਾ ਹੈ ਉਹ ਜੋੜ ਜੋੜ ਕੇ ਬਣਾ ਦਿੰਦਾ ਪਰ ਗੁਰਮਤ ਇਸ ਤੋਂ ਵੀ ਅੱਗੇ ਜਾ ਕੇ ਇਹਦਾ ਮਤਲਬ ਜਗਤ ਕੋਈ ਹੋਰ ਚੀਜ਼ ਹੈ ਤੇ ਰੱਬ ਹੋਰ ਚੀਜ਼ ਹੈ ਜੇ ਮੰਨ ਲਿਆ ਜਾਏ ਵੀ ਰੱਬ ਨੇ ਸੰਸਾਰ ਬਣਾਇਆ ਤੇ ਫਿਰ ਬਰੀਕੀ ਦੇ ਵਿੱਚ ਜਾ ਕੇ ਲੱਗਦਾ ਵੀ ਜਗਤ ਬਣਨ ਵਾਲੀ ਚੀਜ਼ ਕੋਈ ਹੋਰ ਹੈ ਤੇ ਬਣਾਉਣ ਵਾਲਾ ਕੋਈ ਹੋਰ ਦੋ ਬਣ ਜਾਂਦੇ ਨੇ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਮਾਣ ਹੈ ਨਿਰੰਕਾਰ ਆਕਾਰ ਉਪਾਇਆ ਨਿਰਗੁਣ ਤੇ ਸਰਗੁਣ ਥੀਆ ਕਿ ਦੁਨੀਆਂ ਦੇ ਲੋਕੋ ਉਸ ਰੱਬ ਤੋਂ ਇਹ ਤੱਤ ਵੱਖਰੇ ਨਹੀਂ ਸੀ ਉਹ ਪਹਿਲਾਂ ਨਿਰਗੁਣ ਸਰੂਪ ਦੇ ਵਿੱਚ ਸੀ ਜਦੋਂ ਸਰਗੁਣ ਸਰੂਪ ਦੇ ਵਿੱਚ ਆਇਆ ਤੇ ਉਹ ਆਪ ਹੀ ਰੱਬ ਦਿਸਦਾ ਸੰਸਾਰ ਬਣ ਗਿਆ ਜਿਵੇਂ ਅੱਗੇ ਚੱਲ ਕੇ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਇਹੀ ਹਰ ਦਾ ਰੂਪ ਹੈ ਰੱਬ ਆਪ ਹੀ ਪਹਿਲਾਂ ਰੂਪ ਨਾ ਰੇਕ ਨਾ ਰੰਗ ਵਿੱਚ ਇਹ ਅਵਸਥਾ ਦੇ ਵਿੱਚ ਸੀ ਪਰ ਜਦੋਂ ਉਹਨੇ ਆਪਣੇ ਆਪੇ ਦਾ ਪ੍ਰਗਟਾਵਾ ਕੀਤਾ ਤੇ ਉਹ ਸੰਸਾਰ ਬਣ ਗਿਆ ਰੱਬ ਉਹਦੇ ਬਾਰੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਇਹ ਜ਼ਿਕਰ ਕੀਤਾ ਨਿਰਗੁਣ ਤੇ ਸਰਗੁਣ ਥੀਆ ਥੀਆ ਦਾ ਮਤਲਬ ਉਹ ਆਪ ਹੀ ਦਿਸਦਾ ਜਗ ਹੋ ਗਿਆ ਪਰ ਅੱਜ ਗੁਰੂ ਸਾਹਿਬ ਨੇ ਕਿਉਂਕਿ ਦੋਵੇਂ ਵਿਚਾਰਧਾਰਾ ਨੂੰ ਲੈ ਕੇ ਬੰਦੇ ਨੂੰ ਸਮਝਾਉਣ ਦਾ ਯਤਨ ਕੀਤਾ ਹਜ਼ੂਰ ਕਹਿੰਦੇ ਨੇ ਸ਼ਿਵ ਸ਼ਕਤ ਆਪ ਉਪਾਇਕ ਹੈ ਸ਼ਿਵ ਦਾ ਮਤਲਬ ਹੁੰਦਾ ਇੱਥੇ ਆਤਮਾ ਚੇਤਨਾ ਜੀਵਾਂ ਦੇ ਅੰਦਰ ਜਿਹੜੀ ਪੈਦਾ ਕੀਤੀ ਰੱਬ ਨੇ ਕਿਉਂਕਿ ਧਰਮ ਦੇ ਬੜੇ ਸਵਾਲ ਨੇ ਗੁੱਝੇ ਰੱਬ ਬਾਰੇ ਵੀ ਕਿਸੇ ਕੋਲ ਲਾਸਟ ਨੌਲੇਜ ਨਹੀਂ ਆਤਮਾ ਬਾਰੇ ਵੀ ਕਿਸੇ ਕੋਲ ਲਾਸਟ ਨੌਲੇਜ ਨਹੀਂ ਤੇ ਕਰਮ ਜਿਹੜੀ ਥਿਊਰੀ ਹੈ ਨਾ ਉਹਦੇ ਬਾਰੇ ਵੀ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਗੁਰੂ ਨਾਨਕ ਸਾਹਿਬ ਜਦੋਂ ਜਗਤ ਦਾ ਉਦਾਰ ਕਰਦੇ ਹੋਏ ਜੋਗੀਆਂ ਕੋਲ ਪਹੁੰਚੇ ਉਹਨਾਂ ਨੇ ਇੱਕ ਸਵਾਲ ਕੀਤਾ ਗੁਰੂ ਸਾਹਿਬ ਜੀ ਤੇ ਕਹਿਣ ਲੱਗੇ ਕਿਤ ਕਿਤ ਵਿਦ ਜਗ ਉਪਜੈ ਪੁਰਖਾ ਕਿਤ ਕਿਤ ਵਿਦ ਦੁੱਖ ਪਾਈ ਵੀ ਜਗਤ ਦੇ ਪੈਦਾ ਹੋਣ ਦਾ ਕਾਰਨ ਕੀ ਹੈ ਤੇ ਦੁਨੀਆਂ ਦੇ ਅੰਦਰ ਲੋਕ ਦੁਖੀ ਕਿਉਂ ਹੁੰਦੇ ਨੇ ਇਹਦਾ ਕਾਰਨ ਕੀ ਹੈ ਤੇ ਜਗਤ ਨੂੰ ਪੈਦਾ ਹੋਣ ਦੀ ਚੋਰੀ ਦੇ ਬਾਰੇ ਨਾ ਅਸਲ ਵਿੱਚ ਗੁਰੂ ਸਾਹਿਬ ਜੀ ਨੇ ਜਿਹੜਾ ਜਵਾਬ ਦਿੱਤਾ ਬਾਬਾ ਕਬੀਰ ਜੀ ਤੋਂ ਪਹਿਲਾਂ ਲੋਕ ਕਹਿੰਦੇ ਸਨ ਵੀ ਆਤਮਾ ਪਿਛਲੇ ਜਨਮਾਂ ਦਾ ਬੱਝਾ ਹੋਇਆ ਆ ਰਿਹਾ ਜਿਵੇਂ ਐਗਜ਼ਾਮਪਲ ਤੁਸੀਂ ਵੇਖੋ ਅੱਜ ਵੀ ਜਿਹੜੀ ਹਿੰਦੁਸਤਾਨ ਦੀ ਫਿਲੋਸਫੀ ਕਹਿੰਦੀ ਜਿਹੜਾ ਨੀਵੇਂ ਘਰ ਦੇ ਵਿੱਚ ਪੈਦਾ ਹੋਇਆ ਉਹਦੀ ਆਤਮਾ ਨੇ ਪਹਿਲਾਂ ਮਾੜੇ ਕੰਮ ਕੀਤੇ ਨੇ ਤਾਂ ਨੀਵੇਂ ਘਰ 'ਚ ਪੈਦਾ ਹੋਇਆ ਜੇ ਗਰੀਬ ਦੇ ਵਿੱਚ ਪੈਦਾ ਹੋਇਆ ਤੇ ਆਤਮਾ ਦੇ ਪਹਿਲਾਂ ਕੰਮ ਮਾੜੇ ਹੋਣਗੇ ਇਸ ਕਰਕੇ ਜਨਮ ਉਹਦਾ ਗਰੀਬ ਘਰ ਦੇ ਵਿੱਚ ਹੋਇਆ ਪਰ ਗੁਰੂ ਸਾਹਿਬ ਜੀ ਨੇ ਇਹ ਫਿਲੋਸਫੀ ਨੂੰ ਰੱਦ ਕੀਤਾ ਕੰਡੈਮ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੇ ਕਿਹਾ ਇੱਕ ਤਾਂ ਜਾਤ ਪਾਤ ਰੱਬ ਨੇ ਨਹੀਂ ਬਣਾਈ ਬੰਦੇ ਨੇ ਬਣਾਈ ਕੋਈ ਉੱਚਾ ਨੀਵਾਂ ਨਹੀਂ ਅਮੀਰ ਗਰੀਬ ਵੀ ਰੱਬ ਪੈਦਾ ਨਹੀਂ ਕਰਦਾ ਬੰਦਾ ਆਪਣੀ ਮਿਹਨਤ ਦੇ ਨਾਲ ਜਾਂ ਕਿਸੇ ਦਾ ਸ਼ੋਸ਼ਣ ਕਰਕੇ ਦੋ ਢੰਗ ਨੇ ਗੁਰਬਾਣੀ ਦੇ ਅੰਦਰ ਅਮੀਰ ਹੋਣ ਦੇ ਕੋਈ ਬੰਦਾ ਆਪਣੀ ਕਿਰਤ ਕਾਰ ਕਰਕੇ ਵੀ ਸੂਝਬੂਝ ਦੇ ਨਾਲ ਅਮੀਰ ਹੋ ਸਕਦਾ ਕੋਈ ਬੰਦਾ ਕਿਸੇ ਦਾ ਸ਼ੋਸ਼ਣ ਕਰਕੇ ਵੀ ਹੋ ਸਕਦਾ ਜੇ ਗਰੀਬ ਹੋਇਆ ਤੇ ਉਹਦਾ ਵੀ ਦੋ ਕਾਰਨ ਨੇ ਜਾਂ ਤਾਂ ਪੀੜ੍ਹੀ ਦਰ ਪੀੜ੍ਹੀ ਬੰਦੇ ਨੇ ਆਲਸ ਹੰਢਾਇਆ ਹੋਵੇ ਗਿਆਨ ਤੋਂ ਕੰਮ ਨਾ ਲਿਆ ਹੋਵੇ ਇਹ ਕਾਰਨ ਹੈ ਤੇ ਜਾਂ ਫਿਰ ਬੰਦੇ ਦਾ ਸ਼ੋਸ਼ਣ ਹੋਇਆ ਹੋਵੇ
क्योंकि जरा पापा बाजो वह ना ही मुहे सातरा जाई इस तरह भी होंगे है पर मेहनत नाल भी बंदा किरत गुरु साहब जी ने बाणी च कहा ना भी उदम करेंदिया जियो तो कमांदिया सुख पुंज कमांदिया भी सुख आ जाते ने बंदे की जिंदगी दे विच। फिर बाबा कबीर जी ने एक सवाल खड़ा कर दिता पंडित दे अगे गुरु ग्रंथ साहब जी की बाणी दे विच वेखो कहिंदे करम बंध तुम जियो कहत हो तुसी कहिंदे हो करमा का बज्झा जीव आ रहा धरती ते करम किना जियो दीन रे सब तो पहला जिहड़ी आत्मा आई तुसी कहिंदे हो होमै करके बंदा रब तो वक्त हुंदा वैसे सारा रब ही सी सारा कुछ ते पहला केड़ा काम जिहड़ा कर लिया जिथों आत्मा पैदा हो गई भी होमै जो रब दे नाल मिले ही होए सी सारे जी ते पहला केड़ा स्टेप सी आत्मा दा जदों उहनूं वक्त रब तो होना पिया ते उहने रब तो हो गई वक्त इत्थे आके गुरु साहब ने कहा भी असल विच आत्मा किवें पैदा होई कोई बंदा नहीं जाण सकदा इत्थे रब आप ही पैदा करदा शिव शक्त आप उपायक है उन्हें आत्मा भी चेतना भी आप पैदा की है ते शक्ति का मतलब माया भी उन्हें आप पैदा की। हुण एक होर एग्जाम्पल अज आम करके बंदा कहिंदा है जी बंदे नूं कीते कर्मां दी सजा मिलदी है ये कर्म फलसफी ना पर वेखो जिन्हें धार्मिक बंदयां दी जिंदगी च दुख आए ने आम बंदयां दी जिंदगी दे विच दुख आए ने गुरु नानक गुरु बाबा कबीर जी उन्हां दे घर आर्थिक दुख है उन्हां दी माता जी कई बारी एक बारी कहिंदे ने सुनो दराणी सुनो जठाणी अचरज एक भयो जब ते माला लई निपुते तब ते सुख न पयो भी जदों दी इस उपरे कबीर ने माला फड़ ली घर दे विचों सुख चला गया भी इतों तक भी घर दे जिहड़े बच्चे ने उन्हां कोल दो वक्त की रोटी भी नहीं ये जिहड़ा इतों तक हालत पैदा कर ली। उस समय हिंदुस्तान का राजा जिहड़ा पैरलर है उहदे बराबर उहदे कोल सारा कुछ है इहदा मतलब राजे ने चंगे काम कर ले। फिर एक होर गल क्योंकि रब की भगती का ना सीधा सुभा से फल असर पैदा जिहड़ा सच्चा होवे जिहदे च निम्रता होवे जिहदे च दूजियां लई परोपकार होवे गुरबाणी गुरबाणी मंदी भी उन्हें पहला चंगे काम किए ने ते जिहदे सुभा च क्रूरता होवे जिहदे सुभा दे विच परोपकार ना होवे लोकां नूं मार देण दी भावना होवे उन्हें चंगे काम नहीं किए। हुण इत्थे दोवां शख्सियतां नूं मिला के वेखीए जिहड़े राजे ने उह बड़े क्रूर ने इहदा मतलब उन्होंने पिछों भी भगती नहीं की ते जेड़े बाबा कबीर जी ने उन्हों का सुभाव बड़ा चंगा है क्योंकि भगती एकदम सुभाव के उत्ते असर करती है इहदा मतलब अमीर गरीब होना इत्थे गुरु साहब जी ने उस फिलोसफी नूं नहीं मन्निया जिहड़ी पहला जिहड़ी अवेलेबल सी उहनूं टोटली तौर ते रद्द किया गुरु साहब जी ने। इस करके इत्थे गुरु साहब ने जिहड़ा जवाब दिता ना कि रब दे हुक्म दे विच ही सारे हुक्म ही होवन आकार हुक्म ना कहा जाए उस हुक्म नूं तुसीं कदे नहीं समझ सकते पहला आत्मा किवें बन गई कर्मां दे चक्कर नूं भी पूर्ण तौर ते जिहड़ी फिलोसफियां सारियां रद्द हुंदियां ने। इस करके गुरु साहब जी ने जिक्र किया कि शिव शक्त रब ने चेतना पैदा की ते फिर माया पैदा की। बाबा कबीर जी का भी एक शब्द है गुरु नानक साहब जी की व्यासा की वार आप ही ने आप साजियो आप ही ने रचियो नाम पहला रब ने अपना आपा पैदा किया अपने नाम की महानता की एग्जिस्टेंस है फिर दुई कुदरत साजी है दूजे नंबर ते कुदरत पैदा की। हुण इत्थे शक्ति का मतलब माया आप उपायक है करता बनाण वाला रब आपे आपे हुक्म वरताए गुरु साहब कहिंदे ने मानो सारे जगत दे विच ओ आप ही हुक्म कर रहा सारे जगत नूं भावें लोग माया दे विच काम क्रोध विच खचत ने यह भी असल दे विच उहदा ही हुक्म दे विच ही माया पैदा हुई है भावें चंगे पासे लगे ने उहदा भी एक्सप्लेन अगे चल के इसे पौड़ी दे विच ही गुरु साहब जी करदे ने। माया दा पसारा किवें है भगत नामदेव दा एक शब्द है हुक्मनामा भी कई वारी हुंदा है ते मराठी दा शब्द है क्योंकि भगत नामदेव जी महाराष्ट्र के रहने वाले सन वो कहिंदे ने पहल पुरिए पुंडरक वना सब तो पहला जिहड़े कमल दे फुल दा मतलब जगत नूं रब ने जदों पैदा कीता तांचे हंसा सगले जना जिन्हें जीव जंतु पैदा किए ना मानो सारे हंस सन। इकनोमी के पॉइंट ऑफ व्यू के नाल इहदी व्याख्या विद्वानों ने होर ढंग नाल की। अगली चल के कृष्णा ते जानऊ
हर हर नाचंती नाचना। दूसरे नंबर ते रब ने माया पैदा की थी, माया का ख्याल जरा माया पैदा हुई। एक होर गल याद रखनी, धन दौलत पदवी या स्त्री बच्चों जिवें माया कहा सी गुरु साहब ने, माया नहीं कहा बाणी च। बंदा जिन्हां विरतियां नाल रब तो टुट जाए उन्हूं माया कहा है। यह माया का जिहड़ा दुनियावी तौर पर माया का लालच सी ना, इथों आके गुरु साहब जी कहिंदे ने दुनिया का नाच शुरू होया माया दे विच। जिहड़े मनुखता के इतिहास नाल संबंधित लोग ने कहिंदे ने करप्शन किवें आई बंदे दे जीवन च। जदों बंदा जंगल च रहिंदा सी ना, उदों रोज जंगली जानवरां नूं मारना, शिकार खेडना ते खा लैना, बस इत्थों तक सीमित सी। हौली हौली लोगों ने फसलां बीजनियां शुरू कीतियां। हुण जिहड़ा अनाज सी जिन्नी लोड सी उहदे नाल वध जांदा सी, ते वध करके उह कबीले स्टोर करके रखदे सन, स्टोर करके रखदे सन। फिर उत्थों चोरी का भी ख्याल पैदा होया बंदे दे अंदर, फिर उत्थों लुट मार का भी ख्याल होया कि चलो बंदे इकट्ठे करो, साडे कोल राशन नहीं, दूजियां दा जिहड़ा कब्जा कर लिया जाए। इस तरह फिर मंडियां भी चढ़ियां लगातार, जिवें जिवें मनुखता का विकास होया, एक नसल दूसरे देश नाल दूसरे पिंड नाल वरताई जांदी सी, इस तरह व्यापार शुरू होया। फिर जिहड़ी बंदे कोल जिहड़ी करंसी हौली हौली जिधर पेपर मनी प्लास्टिक मनी तक जिहड़ा हुण तक पहुंचया, जिन्ना जिन्ना पैसा वधदा गया बंदे दे अंदर पैसे का मोह माया का ते माया का नाच, ते इस तरह कह लईए वी माया की पकड़ वधदी गई। अज तो कुछ सैकड़े साल पहला लोग इन्ने करप्ट नहीं सी वो 5,000 करोड़ का किधरे घपला कर सकन, क्योंकि पैसा नहीं सी हुंदा। जिन्ना जिन्ना पैसे का विस्तार होया उन्ना उन्ना माया का नाच। गुरु साहब जी ने बाणी के अंदर तो इहो जी शब्दावली वरती है कि असल दे विच रंग रत्ता नचै नंग, इहो जी शब्दावली वरती भी माया दे रंग दे विच बंदा नाच करन लगा। भगत नामदेव जी कहिंदे ने कृष्णा ते जानऊ हर हर नाचंती नाचना। पहल पुरसावरा, पहला दुनिया के लोगों रब केवल आप सी, अथोर पुरसाव दमरा। उस तो बाद रब ने कुदरत पैदा की, बंदा पैदा होया तो उसकी सूझबूझ जड़ी बनन लगी। आसका आस उसका हर का बागरा नाचा पिंडी मैं सागरा। ते फिर ये सारा संसार जिहड़ा सी वो रब का बाग बनिया, इहदे विच औरतां मर्द पैदा होए, ते जिन्नों जदों सूझ वधी माया दे लालच दे विच एक दूजे प्रति जिहड़ी पाप करन दी बिरती, दूजे नूं लुट लैण दी बिरती वधी। ते असल विच नाचंती गोपी जना, गोपी का मतलब है औरतां, जना का मतलब है मर्द। सारे संसार दे जीव जिहड़े ने ओह मानो जिवें गोपियां ते कृष्ण नचदे सी ना, ओह उदाहरण लईए भगत नामदेव ने। कहिंदे ने असल विच सारे औरतां मर्द अज माया का ही नाच नच रहे हैं, हर पासे माया का ही बोलबाला, अंदरों कोई ना कोई वृत्ति माया दे नाल बंदे की जुड़ी हुई है। नैया ते बैरे कहना, पर असलियत यह है भी इन्हों का जिहड़ा मूल तत् है वह रब है, सारयां नूं बनाउण वाला रब है, रब तो बिना कोई नहीं। पर इन्हां दीआं वृत्तियां गलत वृत्तियां दे शिकार होण करके काम क्रोध रोह मोह अहंकार च फस गए ने। ते तर्क ना चा भरमियां चा, उत्थे जिक्र कीता वी तर्क ना करी वी इन्हां दे विच रब नहीं हुण रहिंदा। रब ने इन्हां नूं पैदा कीता, जिन्नी इन्हां दे ज़ीन दे अंदर पोटेंशियलिटी उन्ने काम कर सकदे ने, माया दे सुख भी उन्ने की माण सकदे ने, जिन्नी समर्था इन्हां दे शरीरां दे विच रब ने दित्ती। उस तों वध के सारयां नूं इस संसार तों चले जुआरी, दोए हाथ झाड़ दोवें हाथ झाड़ के जिथे जिथे किसी के ना जमीना लगिया ना, वही कागज इतें ही रख के जाना पाया सारिया। गुरु साहब जी बाणी के अंदर जिक्र कर रहे हैं। इस करके उस रब के चरणों के अरदास की कि हे दाता पिंदी ऊब करे संसारा। मैं वेख्या सारा संसार खूह दियां टिंडां की तरह है, टिंडा एक जिहड़ी भरती है फिर खाली हुंदी है फिर भर जाती है। इस तरह लोग जिहड़े ने जीवन मिलता है, आत्मा निकल जाती है, खत्म हुंदे ने, खूह दियां टिंडां तरह चले जा रहे हैं, ते नवीं टिंडां भर के आ रही हैं पानी दियां। ते कहिंदे पिंदी ऊब कले संसारा भ्रम भ्रम आए तुम चित द्वारा हुक्मना। मैं इस करके मैं पूरा इस शब्द की व्याख्या तुहाडे सामने रख रहा। हजूर कहिंदे ने हे दाता सारा संसार माया की भटकना च, ते मैं भी भटकना का शिकार हो चुका सी, हुण मैं तेरे दरवाजे ते आया। भगत नामदेव जी कहिंदे ने वैसे सानू लियाण का यतन कर रहे हैं,
उस अकाल पुरख के दरवाजे ते किन्ने रब दे चरणा च जदों मैं अरदास कीती ते रब ने अगो पुछिया तू कुलरे तू कौन है मेरे चरणा च अरदास करन वाला ते भगत नामदेव जी कहिंदे मैं जी नामा हो जी मैं नाम देवा ते रब कहन लगा तैन की चाहिदा है वेखो किहो जी शब्दावली संवाद रब दे नाल उहनां ने पेश कीता ਉਹ ਕਹਿੰਦੇ ਨੇ ਆਲਾ ਤੇ ਨਿਵਾਰਨਾ ਜਮ ਕਰਨਾ ਹੇ ਦਾਤਾ ਮੈਨੂੰ ਮਾਇਆ ਦੇ ਪ੍ਰਭਾਵ ਤੋਂ ਜਮਾਂ ਦੇ ਪ੍ਰਭਾਵ ਤੋਂ ਬਚਾ ਲੈ ਮਾਇਆ ਦਾ ਕਿਹੜਾ ਪ੍ਰਭਾਵ ਜਿੱਥੇ ਜਾ ਕੇ ਬੰਦਾ ਕਾਮ ਨਾਲ ਗਰਸਿਆ ਜਾਂਦਾ ਜਿੱਥੇ ਕ੍ਰੋਧ ਸੀਮਾ ਤੋਂ ਵੱਧ ਜਾਏ ਜਿੱਥੇ ਲੋਭ ਮੋਹ ਹੰਕਾਰ ਵੱਧ ਜਾਏ ਇਹ ਜਿਹੜੇ ਜਮਾਂ ਦੀ ਫਾਈਆਂ ਹੈ ਨਾ ਇਹਨਾਂ ਤੋਂ ਮੈਨੂੰ ਬਚਾ ਲੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਭਗਤ ਨਾਮਦੇਵ ਜੀ ਨੇ ਪ੍ਰੇਰ ਕੀਤੀ ਹੈ ਇੱਥੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਰੱਬ ਨੇ ਆਪ ਹੀ ਜੀਵ ਆਤਮਾ ਪੈਦਾ ਕੀਤੀ ਹੈ ਆਪ ਹੀ ਸ਼ਕਤੀ ਉਹਨੇ ਪੈਦਾ ਕੀਤੀ ਹੈ ਉਪਾਇਕ ਹੈ ਆਪੇ ਹੁਕਮ ਵਰਤਾਏ ਸਾਰੇ ਸੰਸਾਰ ਤੇ ਰੱਬ ਦਾ ਹੁਕਮ ਚੱਲ ਰਿਹਾ ਮਾਇਆ ਦੇ ਪ੍ਰਭਾਵ ਦੇ ਵਿੱਚ ਲੋਕ ਜ਼ਿੰਦਗੀ ਬਤੀਤ ਕਰ ਰਹੇ ਨੇ ਹੁਕਮ ਵਰਤਾਏ ਉਹ ਹੁਕਮ ਤੇ ਮਾਇਆ ਨੂੰ ਉਹਨੇ ਕੀਤਾ ਹੋਇਆ ਆਪ ਵੇਖਿਆ ਪਰ ਸਾਡੇ ਸਾਰਿਆਂ ਦੀ ਖੇਡ ਨੂੰ ਵਾਚਿਆ ਵੀ ਜਾ ਰਿਹਾ ਇਹਦਾ ਮਤਲਬ ਇਹ ਸਾਰਿਆਂ ਦੇ ਉੱਤੇ ਖੁਫੀਆ ਕੈਮਰਾ ਲੱਗਾ ਹੋਇਆ ਵੀ ਹਰ ਹਰਕਤ ਨੂੰ ਜਿਹੜਾ ਵਾਚ ਰਿਹਾ ਤੇ ਇਹ ਵੱਖਰੀ ਗੱਲ ਹੈ ਵੀ ਸਾਨੂੰ ਹੁਣ ਨਹੀਂ ਪਤਾ ਲੱਗਦਾ ਵੀ ਇਹ ਬੰਦਾ ਕਹਿੰਦਾ ਕਿ ਡਰਿੰਕ ਐਂਡ ਡੀ ਮੈਰੀ ਖਾਓ ਪੀਓ ਤੇ ਐਸ਼ ਕਰੋ ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਸਭਨਾ ਅਕਾਲ ਦਾ ਲੇਖਾ ਹੋਏ ਸਾਰਿਆਂ ਦਾ ਲੇਖਾ ਲਿਆ ਜਾਏਗਾ ਕਰਨੀ ਬਾਜੋਂ ਤਰੇ ਨਾ ਕੋਈ ਕਰਨੀ ਤੋਂ ਬਿਨਾਂ ਕੋਈ ਰੱਬ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਨਹੀਂ ਹੋਏਗਾ ਇਸ ਕਰਕੇ ਹਜ਼ੂਰ ਕਹਿੰਦੇ ਹੁਕਮ ਵਰਤਾਏ ਆਪ ਵੇਖੈ ਨਾਨਕ ਜੀ ਉਪਾਇਕ ਹੈ ਲਿਖ ਨਾਵੈ ਧਰਮ ਬਹਾਲਿਆ ਧਰਮ ਦੀ ਕਸਵੱਟੀ ਉੱਤੇ ਲਾ ਦਿੱਤੀ ਹੈ ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਸਜਮਾ ਲਿਆ ਗੁਰਮੁਖ ਕਿਸੈ ਬੁਝਾਏ ਗੁਰੂ ਸਾਹਿਬ ਜੀ ਕਹਿੰਦੇ ਨੇ ਪਰ ਕਈ ਬੰਦਿਆਂ ਨੂੰ ਉਹ ਰੱਬ ਮਿਹਰ ਕਰ ਦਿੰਦਾ ਸੱਚਾ ਗੁਰੂ ਮਿਲ ਜਾਂਦਾ ਜਿਹਨਾਂ ਨੂੰ ਸੱਚਾ ਗੁਰੂ ਮਿਲ ਜਾਂਦਾ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਢੰਗ ਆ ਜਾਂਦਾ ਤੇ ਜ਼ਿੰਦਗੀ ਜਿਉਣ ਦਾ ਜਿਹਨੂੰ ਢੰਗ ਆ ਜਾਏਗਾ ਤੋੜੇ ਬੰਧਨ ਉਹ ਸਭ ਤੋਂ ਜ਼ਿਆਦਾ ਮਾਇਆ ਦੇ ਬੰਧਨ ਵੈਸੇ ਸਭ ਤੋਂ ਜਿਹੜਾ ਵੱਡਾ ਬੰਧਨ ਹੈ ਨਾ ਮਾਇਆ ਦਾ ਉਹ ਮੈਂ ਮੇਰੀ ਦਾ ਬੰਧਨ ਹੈ ਤੇ ਮੈਂ ਮੇਰੀ ਕਰਕੇ ਹੀ ਸਾਰੇ ਵਿਕਾਰ ਵਾਪਰਦੇ ਨੇ ਗੁਰੂ ਸਾਹਿਬ ਜੀ ਨੇ ਇਹਨੂੰ ਹੋਂ ਮੈਂ ਦੋ ਲਫ਼ਜ਼ਾਂ ਦੇ ਵਿੱਚ ਜੇ ਇਹਨੂੰ ਕਹਿਣਾ ਹੋਵੇ ਤੇ ਅਸਲ ਵਿੱਚ ਜਦੋਂ ਬੰਦਾ ਰੱਬ ਦੇ ਤੋਂ ਆਪਣਾ ਵੱਖਰਾ ਜੀਵਨ ਬਤੀਤ ਕਰਨਾ ਸ਼ੁਰੂ ਕਰਦੇ ਨਾ ਇਹਦਾ ਸ਼ਬਦਾਵਲੀ ਨਾਲ ਕੋਈ ਵਾਸਤਾ ਨਹੀਂ ਹੈ ਕਈ ਵਾਰੀ ਇਸ ਤਰ੍ਹਾਂ ਵੀ ਹੋ ਸਕਦਾ ਵੀ ਬੰਦਾ ਆਪਣੇ ਆਪ ਨੂੰ ਦਾਸ ਕਹਿੰਦਾ ਹੋਵੇ ਪਰ ਫਿਰ ਇਹਦਾ ਹੰਕਾਰੀ ਹੋਵੇ ਆਪਣੇ ਆਪ ਨੂੰ ਮੂਰਖ ਕਹਿੰਦਾ ਹੋਵੇ ਪਰ ਅਸਲ ਵਿੱਚ ਹੰਕਾਰੀ ਹੋਵੇ ਤੇ ਕਈ ਵਾਰੀ ਆਪਾਂ ਸ਼ਬਦਾਵਲੀ ਲਈ ਵੀ ਆਪਾਂ ਮੈਂ ਉੱਥੇ ਜਾ ਰਿਹਾ ਇਹ ਸ਼ਬਦ ਵਰਤਨੇ ਆ ਉਹਨੂੰ ਗੁਰੂ ਸਾਹਿਬ ਨੇ ਹੋਮੈ ਨਹੀਂ ਕਿਹਾ ਹੋਮੈ ਦਾ ਰੂਪ ਸਮਝਣਾ ਅਸਲ ਵਿੱਚ ਬੰਦਾ ਆਪਣੇ ਸਰੀਰ ਦੇ ਨਾਲ ਮੋਹ ਕਰਦਾ ਆਪਣੇ ਪਰਿਵਾਰ ਦੇ ਨਾਲ ਮੋਹ ਕਰਦਾ ਆਪਣੇ ਕਲਚਰ ਦੇ ਨਾਲ ਮੋਹ ਕਰਦਾ ਆਪਣੀ ਭਾਸ਼ਾ ਦੇ ਨਾਲ ਮੋਹ ਕਰਦਾ ਹੈ ਤੇ ਆਪਣੇ ਆਲੇ ਦੁਆਲੇ ਨਾਲ ਕੌਮ ਨਾਲ ਉਹ ਪਿਆਰ ਕਰਦਾ ਇੱਥੋਂ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਨਹੀਂ ਜੇ ਅਸੀਂ ਸਰੀਰ ਦੇ ਨਾਲ ਪਿਆਰ ਕਰਦੇ ਹਾਂ ਇਹ ਸਾਡਾ ਹੱਕ ਅਸੀਂ ਕਰ ਸਕਦੇ ਹਾਂ ਪਰ ਜਦੋਂ ਬੰਦਾ ਆਪਣੇ ਸਰੀਰ ਨਾਲ ਇੰਨਾ ਪਿਆਰ ਕਰਦਾ ਵੀ ਦੂਜੇ ਸਰੀਰਾਂ ਨੂੰ ਕੁਚਲ ਦੇਣਾ ਚਾਹੁੰਦਾ ਜਿਵੇਂ ਔਰੰਗਜ਼ੇਬ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਨੂੰ ਜਦੋਂ ਸ਼ਹੀਦ ਕੀਤਾ ਉਹ ਜਿਹੜੀ ਵਾਰਤਾਲਾਪ ਹੁੰਦੀ ਔਰੰਗਜ਼ੇਬ ਦੇ ਅੰਦਰ ਵੀ ਮੇਰੀ ਭਾਸ਼ਾ ਮੇਰੀ ਰਸਮੋ ਰਿਵਾਜ ਮੇਰਾ ਧਰਮ ਸਾਰੀ ਦੁਨੀਆ 'ਚ ਫੈਲਣਾ ਚਾਹੀਦਾ ਇਹ ਜਿੱਦ ਹੈ ਜਿਸ ਕਰਕੇ ਉਹ ਖੂਨ ਦੀਆਂ ਨਦੀਆਂ ਵਹਾ ਰਿਹਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਤੈਨੂੰ ਮੁਬਾਰਕ ਹੈ ਜੇ ਤੂੰ ਸਮਝਣਾ ਵੀ ਧਰਮ ਕਿਸ ਤਰ੍ਹਾਂ ਕਮਾਇਆ ਜਾਂਦਾ ਤੂੰ ਆਪਣੀਆਂ ਮਰਿਆਦਾਵਾਂ ਨਿਭਾ ਸਕਦਾ ਪਰ ਜਦੋਂ ਦੂਜਿਆਂ ਨੂੰ ਕਤਲ ਕਰੇਗਾ ਇਹ ਤੇਰਾ ਹੋਮੈ ਹੰਕਾਰ ਦਾ ਜਿਹੜਾ ਰੂਪ ਹੈ ਇਸੇ ਤਰ੍ਹਾਂ ਬੰਦਾ ਮੰਨ ਲਓ ਆਪਣੇ ਸਰੀਰ ਨੂੰ ਪਿਆਰ ਕਰਦਾ ਪਰ ਉਹ ਜਿੱਥੇ ਕੰਮ ਕਰਦਾ ਢੰਗ ਨਾਲ ਕੰਮ ਨਾ ਕਰੇ ਸਾਰਾ ਦਿਨ ਉਹ ਕਹੇ ਵੀ ਬੋਝ ਬਣ ਕੇ ਕੰਮ ਥੋੜਾ ਕਰਾਂ ਤੇ ਪੈਸੇ ਮੈਨੂੰ ਜ਼ਿਆਦਾ ਮਿਲ ਇਹਦਾ ਮਤਲਬ ਅਸਲ ਵਿੱਚ ਉਦੋਂ ਦੂਜਿਆਂ ਦੇ ਉੱਤੇ ਹਾਵੀ ਹੋ ਰਿਹਾ ਜਦੋਂ ਬੰਦਾ ਕੰਮ ਕਰਵਾ ਰਹੇ ਪਰ ਪੈਸੇ ਨਾ ਦੇ ਦੂਜਿਆਂ ਦੇ ਲਈ ਉਦੋਂ ਵੀ ਜਿਹੜਾ ਹੋਮੈ ਦਾ ਸ਼ਿਕਾਰ ਹੋ ਰਿਹਾ ਇਸੇ ਤਰ੍ਹਾਂ ਅਸੀਂ ਆਪਣੇ ਪਰਿਵਾਰ ਦੇ ਲਈ ਸੁੱਖ ਪ੍ਰੋਵਾਈਡ ਕਰਵਾਈਏ ਮੁਬਾਰਕ ਹੈ ਧਰਮ ਦੀ ਕਿਰਤ ਕਰਕੇ ਪਰ ਜਦੋਂ ਦੂਜਿਆਂ ਦੇ ਪਰਿਵਾਰ ਨੂੰ ਅੱਜ ਬੰਦਾ
ਇਹ ਚਾਹੁੰਦਾ ਵੀ ਦੂਜਿਆਂ ਦੀਆਂ ਪਰਿਵਾਰ ਦੀਆਂ ਚੀਕਾਂ ਚੋਂ ਆਪਣੇ ਲਈ ਹਾਸੇ ਲੱਭਦਾ ਹੈ, ਦੂਜਿਆਂ ਦੀ ਬੇਇੱਜ਼ਤੀ ਕਰਕੇ ਆਪਣਾ ਜਿਹੜਾ ਫਾਇਦਾ ਲੱਭਦਾ ਹੈ, ਦੂਜਿਆਂ ਦੇ ਨੁਕਸਾਨ ਦੇ ਵਿੱਚੋਂ ਆਪਣਾ ਫਾਇਦਾ ਤੇ ਦੂਜਿਆਂ ਦੇ ਬੇਇੱਜ਼ਤੀ ਕਰਕੇ ਆਪਣੀ ਇੱਜ਼ਤ ਦਾ ਭਰਮ ਪਾਲਦਾ ਹੈ। ਜਦੋਂ ਹਉਮੈ ਇਹ ਰੂਪ ਧਾਰਨ ਕਰ ਲੈਂਦੀ ਨਾ, ਅਸਲ ਦੇ ਵਿੱਚ ਉਹ ਬੰਧਨ ਦੇ ਵਿੱਚ ਜਕੜਿਆ ਜਾਂਦਾ ਹੈ, ਉਦੋਂ ਫਿਰ ਸਾਰੇ ਪੁੱਠੇ ਕੰਮ ਉਹਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਨੇ, ਰੱਬ ਤੋਂ ਜਿਹੜਾ ਪਾਸੇ ਹੋ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਕਿ ਜੇ ਤਾਂ ਗੁਰੂ ਦੇ ਰਾਹੀਂ ਜ਼ਿੰਦਗੀ ਜਿਉਣ ਦੀ ਜਾਤ ਸਿੱਖ ਲਈਏ, ਫਿਰ ਅਸੀਂ ਆਪਣੇ ਜੀਵਨ ਨੂੰ ਪ੍ਰੇਮ ਕਰਦਿਆਂ ਹੋਇਆਂ ਵੀ ਬੰਧਨ ਤੋੜ ਸਕਦੇ ਹਾਂ। ਕਿਉਂਕਿ ਇਹ ਬੰਧਨ ਤੋੜਨ ਦਾ ਤਰੀਕਾ ਯੋਗੀਆਂ ਵਾਲਾ ਨਹੀਂ ਵੀ ਘਰ ਬਾਹਰ ਤਿਆਗ ਕੇ ਜੰਗਲਾਂ ਨੂੰ ਚਲੇ ਜਾਈਏ, ਇੱਥੇ ਰਹਿੰਦਿਆਂ ਹੋਇਆਂ ਬੰਧਨ ਬੰਦਾ ਤੋੜ ਕੇ ਜ਼ਿੰਦਗੀ ਬਤੀਤ ਕਰ ਸਕਦਾ ਹੈ। ਹੋਵੇ ਮੁਕਤ ਤੇ ਉਹ ਮੁਕਤੀ ਵਾਲਾ ਜੀਵਨ ਬਤੀਤ ਕਰ ਸਕਦਾ ਹੈ। ਜਿਉਂਦਿਆਂ ਜਿਹੜਾ ਸਿੱਖ ਨੇ ਮੁਕਤ ਹੋਣਾ ਹੈ ਨਾ, ਕਾਮ ਕ੍ਰੋਧ ਰੋਹ ਅਹੰਕਾਰ ਤੋਂ ਮੁਕਤ ਹੋਣਾ ਹੈ, ਅਗਿਆਨਤਾ ਤੋਂ ਮੁਕਤ ਹੋਣਾ ਹੈ, ਦੇਵੀ ਦੇਵਤਿਆਂ ਦੇ ਪ੍ਰਭਾਵ ਤੋਂ ਮੁਕਤ ਹੋਣਾ ਹੈ, ਗ੍ਰਹਿਾਂ ਦੇ ਪ੍ਰਭਾਵ ਤੋਂ ਮੁਕਤ ਹੋਣਾ ਹੈ, ਦਿਨ ਚੰਗਾ ਜਾਂ ਮਾੜਾ ਇਹਦੇ ਤੋਂ ਮੁਕਤ ਹੋਣਾ ਹੈ, ਸਰਕਾਰਾਂ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਲੋਕਤੰਤਰ ਵਾਲਾ ਸਿਸਟਮ ਜਿਵੇਂ ਅਸੀਂ ਅੱਜ ਕੱਲ੍ਹ ਬੰਦਾ ਰਹਿ ਰਿਹਾ ਹੈ, ਉਹ ਸਾਰੀਆਂ ਮੁਕਤੀਆਂ ਗੁਰੂ ਸਾਹਿਬ ਜੀ ਨੇ ਜਿਹਨੂੰ ਬਾਣੀ ਦੇ ਵਿੱਚ ਜੀਵਨ ਮੁਕਤ ਕਿਹਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹਦੇ ਅੰਦਰੋਂ ਪਹਿਲੀ ਗੱਲ ਜਿਹੜਾ ਬੰਦਾ ਕਾਮ ਕ੍ਰੋਧ ਲੋਭ ਅਹੰਕਾਰ ਵਿਕਾਰਾਂ ਦਾ ਗੁਲਾਮ ਹੁੰਦਾ ਹੈ ਨਾ, ਉਹ ਬਾਹਰੋਂ ਵੀ ਸਰਕਾਰਾਂ ਦਾ ਗੁਲਾਮ ਹੁੰਦਾ ਹੈ, ਪਹਿਲਾਂ ਬੰਦਾ ਵਿਕਾਰਾਂ ਦਾ ਗੁਲਾਮ ਹੁੰਦਾ ਹੈ। ਇਸ ਕਰਕੇ ਹਿੰਦੁਸਤਾਨ ਦੇ ਲੋਕ ਕਦੇ ਵੀ ਆਪਣੀ ਕਮੀਆਂ ਦੇ ਇੰਨੇ ਗੁਲਾਮ ਸਨ, ਉਹ ਹਕੂਮਤਾਂ ਵਿਰੁੱਧ ਆਵਾਜ਼ ਨਹੀਂ ਸੀ ਬੁਲੰਦ ਕਰਦੇ। ਗੁਰੂ ਨਾਨਕ ਸਾਹਿਬ ਨੇ ਮੁਕਤ ਪੰਥ ਦਿੱਤਾ, ਮੁਕਤ ਪੰਥ ਜਾਣਿਓ ਤੈ ਨਾਹੀ, ਤੇ ਮੁਕਤ ਆਪਣੀਆਂ ਬੁਰਾਈਆਂ ਤੋਂ ਜਿਹੜਾ ਰਹਿਤ ਹੋਏਗਾ, ਉਹ ਫਿਰ ਸੰਸਾਰ ਵਿਕਾਰ ਸੰਸਾਰ ਸਰਕਾਰਾਂ ਤੋਂ ਵੀ ਰਹਿਤ ਹੁੰਦਾ, ਮੁਕਤ ਹੁੰਦਾ। ਤੇ ਗੁਰੂ ਸਾਹਿਬ ਜੀ ਕਹਿੰਦੇ ਸ਼ਬਦ ਮਨ ਵਸਾਏ, ਉਹਦੀ ਜ਼ਿੰਦਗੀ ਦਾ ਫਿਰ ਢੰਗ ਤਰੀਕਾ ਕੀ ਹੁੰਦਾ, ਸ਼ਬਦ ਨੂੰ ਮਨ ਦੇ ਵਿੱਚ ਵਸਾ ਲੈਂਦਾ ਤੇ ਬਾਣੀ ਦੇ ਮੁਤਾਬਕ ਉਹ ਜ਼ਿੰਦਗੀ ਜਿਹੜੀ ਬਤੀਤ ਕਰਦਾ ਹੈ। ਗੁਰਮੁਖ ਜਿਸ ਨੂੰ ਆਪ ਕਰੇ, ਹੁਣ ਇੱਥੇ ਫਿਰ ਗੁਰੂ ਸਾਹਿਬ ਜੀ ਨੇ ਜ਼ਿਕਰ ਕਰ ਦਿੱਤਾ ਕਿ ਜਿਹਨੂੰ ਅਕਾਲ ਪੁਰਖ ਵਾਹਿਗੁਰੂ ਮਿਹਰ ਕਰਕੇ ਆਪ ਗੁਰਮੁਖ ਬਣਾ ਦੇ। ਆ ਵੇਖੋ ਰੱਬ ਦੀ ਕਿਰਪਾ ਦਾ ਜਿਹੜਾ ਸੰਕਲਪ ਹੈ ਨਾ, ਇਹਨੂੰ ਵੀ ਅਸੀਂ ਬੜੀਆਂ ਥਾਵਾਂ ਤੇ ਮਿਸ ਇੰਟਰਪ੍ਰੇਟ ਕੀਤਾ ਹੈ, ਵੀ ਇਹਦੀ ਗਲਤ ਢੰਗ ਦੇ ਨਾਲ ਵਿਆਖਿਆ ਕੀਤੀ। ਅੱਜ ਬੰਦਾ ਕੋਈ ਵੀ ਬੁਰਾ ਕੰਮ ਕਰਦਾ ਹੋਵੇ, ਬੰਦਾ ਕਹਿੰਦਾ ਜੀ ਜਦੋਂ ਰੱਬ ਦੀ ਮੇਰੇ ਤੇ ਮਿਹਰ ਹੋਏਗੀ ਉਦੋਂ ਮੈਂ ਧਰਮ ਦੇ ਖੇਤਰ ਨੂੰ ਅਪਣਾ ਲਵਾਂਗਾ, ਪਰ ਅਸਲ ਵਿੱਚ ਰੱਬ ਦੀ ਕਿਰਪਾ, ਵੇਖੋ ਰੱਬ ਨੇ ਸਾਨੂੰ ਮਨੁੱਖਾ ਸਰੀਰ ਦਿੱਤਾ, ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾ, ਉਹਨੇ ਜੇ ਸਰੀਰ ਦਾ ਕੱਪੜਾ ਦਿੱਤਾ ਨਾ, ਇਹ ਰੱਬ ਦੀ ਮਿਹਰ ਹੈ। ਫਿਰ ਸਾਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਮਿਲਿਆ, ਇਹ ਵੀ ਰੱਬ ਦੀ ਕਿਰਪਾ ਹੈ, ਕਿਉਂਕਿ ਨਦਰ ਕਰੇ ਜੀ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਸੱਚੇ ਗੁਰੂ ਦੀ ਪ੍ਰਾਪਤੀ ਵੀ ਰੱਬ ਦੀ ਮਿਹਰ ਦੇ ਨਾਲ ਹੁੰਦੀ। ਉਸ ਤੋਂ ਬਾਅਦ ਸਾਨੂੰ ਚੰਗੇ ਮਾੜੇ ਦਾ ਗਿਆਨ ਵੀ ਹੈ, ਕਿਉਂਕਿ ਮੰਨ ਲਓ ਸਿੱਖਾਂ ਦੇ ਘਰ ਦੇ ਵਿੱਚ ਬੱਚਾ ਪੈਦਾ ਹੋ ਜਾਵੇ ਮੰਦ ਬੁੱਧੀ ਹੋਵੇ ਤੇ ਉਹ ਸਮਝ ਨਹੀਂ ਸਕਦਾ ਗੁਰਬਾਣੀ ਨੂੰ, ਤੇ ਉਹਦੀ ਜ਼ਿੰਦਗੀ ਦੀ ਇੰਪਰੂਵਮੈਂਟ ਰੁਕ ਜਾਏਗੀ। ਤੇ ਹੁਣ ਸਾਨੂੰ ਚੰਗੇ ਮਾੜੇ ਦੀ ਸੋਝੀ ਵੀ ਹੈ। ਇਸ ਤੋਂ ਅੱਗੇ ਚੱਲ ਕੇ ਜਿਹੜੀ ਕਿਰਪਾ ਹੁੰਦੀ ਨਾ, ਉਹ ਵਿਦਵਾਨ ਕਹਿੰਦੇ ਨੇ ਸਵੈ ਕਿਰਪਾ ਹੁੰਦੀ ਹੈ, ਜਿਹੜੀ ਬੰਦੇ ਨੇ ਆਪਣੇ ਆਪ ਤੇ ਆਪ ਕਰਨੀ ਹੁੰਦੀ। ਜੇ ਬੁਰੇ ਕੰਮ ਕਰਦਾ ਹੋਵੇ ਤੇ ਬੰਦਾ ਕਹਿੰਦਾ ਜੀ ਆਪਣੇ ਆਪ ਤੇ ਤਰਸ ਕਰੋ, ਤੁਹਾਨੂੰ ਆਪਣੇ ਆਪ ਤੇ ਤਰਸ ਨਹੀਂ ਹੁੰਦਾ। ਸੇਮ ਇਸੇ ਤਰ੍ਹਾਂ ਜਦੋਂ ਤੱਕ ਬੰਦਾ ਆਪਣੇ ਆਪ ਤੇ ਕਿਰਪਾ ਆਪ ਰਹਿਣਾ ਕਰੇ ਤੇ ਰੱਬ ਵੀ ਉੱਥੇ ਕਿਰਪਾ ਨਹੀਂ ਕਰਦਾ। ਮੈਂ ਐਗਜ਼ਾਮਪਲ ਬਾਣੀ ਚੋਂ ਦੇਣੀ, ਬਾਬਾ ਕਬੀਰ ਜੀ ਦੇ ਸ਼ਬਦ ਨੇ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂ। ਹੁਣ ਵੇਖੋ ਰੋਜ਼ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਜੀ ਪੜ੍ਹੀ ਸੁਣੀ ਬਾਣੀ ਆਪਣੇ ਦਰ ਤੇ ਪ੍ਰਵਾਨ ਕਰ ਲਿਓ, ਤੇ ਪੜ੍ਹੀ ਸੁਣੀ ਬਾਣੀ ਜਿਹੜੀ ਅਸੀਂ ਪੜ੍ਹੀ ਹੁੰਦੀ ਹੈ ਉਹ ਬਾਣੀ ਅਸੀਂ ਆਪ ਹੀ ਨਹੀਂ ਪ੍ਰਵਾਨ ਕਰ ਰਹੇ ਹੁੰਦੇ, ਤੇ ਰੱਬ ਨੂੰ ਕਹਿੰਦੇ ਵੀ ਤੁਸੀਂ ਪ੍ਰਵਾਨ ਕਰ ਲਿਓ, ਤੇ ਰੱਬ ਸਾਨੂੰ ਪੁੱਛੇਗਾ ਨਾ ਵੀ ਤੁਸੀਂ ਕਿਉਂ ਨਹੀਂ ਬਾਣੀ 'ਚ ਲਿਖਿਆ ਸੱਚ ਬੋਲਣਾ ਚਾਹੀਦਾ, ਸੱਚ ਬੰਦੇ ਨੂੰ ਪ੍ਰਵਾਨ ਨਹੀਂ ਹੈ, ਬਾਣੀ ਦੇ ਵਿੱਚ ਜੋ ਕੁਝ ਲਿਖਿਆ ਉਹਦੇ ਮੁਤਾਬਕ ਬੰਦਾ ਤੁਰਨ ਲਈ ਤਿਆਰ ਨਹੀਂ। ਅਸਲ ਵਿੱਚ ਗੁਰੂ ਸਾਹਿਬ ਜੀ ਇੱਥੇ ਜ਼ਿਕਰ ਕਰ ਰਹੇ ਨੇ ਜਦੋਂ ਪਹਿਲਾਂ ਬੰਦਾ ਆਪ ਬਾਣੀ ਨੂੰ ਪ੍ਰਵਾਨ ਕਰੇਗਾ ਰੱਬ ਵੀ ਪੜ੍ਹੀ ਸੁਣੀ ਬਾਣੀ ਤਾਂ ਹੀ ਪ੍ਰਵਾਨ ਕਰੇਗਾ, ਨਹੀਂ ਤੇ ਜਿੰਨੀ ਮਰਜ਼ੀ ਬੰਦਾ ਪੜ੍ਹਦਾ ਰਹੇ। ਗੁਰੂ ਸਾਹਿਬ ਨੇ ਕਿਹਾ ਵੀ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ, ਪੰਜ ਜਨਾ ਸੰਗ ਨਾਲ ਛੁਟਕਿਓ ਅਧਿਕ ਅਹੰ ਬੁੱਧ ਬਾਂਧੇ। ਹੰਕਾਰ ਦਾ ਤੇ ਬੰਦਾ ਸ਼ਿਕਾਰ ਹੋ ਜਾਏਗਾ ਵੀ ਮੈਂ ਬਾਣੀ ਬੜੀ ਪੜ੍ਹੀ ਹੈ, ਪਰ ਅੰਦਰੋਂ ਬਾਣੀ ਨੂੰ ਪੜ੍ਹ ਕੇ ਕਮੀਆਂ ਕਿੰਨੀਆਂ ਦੂਰ ਕੀਤੀਆਂ ਨੇ,
ਉਹ ਬੰਦਾ ਅੰਦਰੋਂ ਜੇ ਨਾ ਵੇਖੇਗਾ ਤੇ ਫਿਰ ਰੱਬ ਦੇ ਦਰ ਤੇ ਉਹ ਕੁਰਬਾਨ ਨਹੀਂ ਹੋਏਗੀ ਪੜੀ ਸੁਣੀ ਮਨ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹਦੇ ਤੇ ਰੱਬ ਆਪ ਮਿਹਰ ਕਰਦਾ ਹੈ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ, ਇੱਕ ਸਿਉ ਲਿਵ ਲਾਏ, ਉਹ ਇੱਕ ਰੱਬ ਦੇ ਨਾਲ ਲਿਵ ਲਾਉਂਦਾ। ਜਦੋਂ ਰੱਬ ਦੇ ਨਾਲ ਟਾਈਮ ਪੜਿਓ ਇੱਕ, ਵੇਖੋ ਇੱਕ ਦੀ ਫਿਲਾਸਫੀ ਜਿਹੜੀ ਅਸੀਂ ਪੜ੍ਹਦੇ ਹਾਂ ਨਾ, ਸਾਰੇ ਧਰਮ ਦੀ ਦੁਨੀਆਂ ਦੇ ਬੰਧਨ ਜਿਹੜੇ ਇੱਕ ਦੇ ਨਾਲ ਲਿਵ ਜੋੜਨ ਦੇ ਨਾਲ ਹਟ ਜਾਂਦੇ ਨੇ। ਇੱਕ ਦਾ ਮਤਲਬ ਹੈ ਅਕਾਲ ਪੁਰਖ ਇੱਕ ਹੈ, ਤੇ ਓਂਕਾਰ ਦਾ ਮਤਲਬ ਉਹਦਾ ਦੂਸਰਾ ਰੂਪ। ਰੱਬ ਦੇ ਦੋ ਸਰੂਪ ਨੇ ਸਾਰੇ ਸੰਸਾਰ 'ਚ। ਹੁਣ ਇੱਕ ਰਹੀਮ ਦਾ ਦੋ ਹੈ, ਉਹ ਕਹਿੰਦਾ ਰਹੀਮਨ ਇਸ ਸੰਸਾਰ ਮੇ ਸਭਸੇ ਮਿਲਿਆ ਗਾਏ, ਨਾ ਜਾਣੇ ਕਿਸ ਰੂਪ ਮੇ ਨਾਰਾਇਣ ਮਿਲ ਜਾਏ। ਉਹਦਾ ਸ਼ਬਦ ਹੈ, ਉਹ ਕਹਿੰਦਾ ਵੀ ਪਤਾ ਨਹੀਂ ਕਿਸ ਰੂਪ ਦੇ ਵਿੱਚ ਤੁਹਾਨੂੰ ਰੱਬ ਮਿਲ ਜਾਣਾ, ਇਸ ਕਰਕੇ ਸਾਰਿਆਂ ਨਾਲ ਚੰਗੇ ਤਰੀਕੇ ਨਾਲ ਵਿਹਾਰ ਕਰਨਾ ਚਾਹੀਦਾ। ਉਹ ਡਾਊਟਫੁੱਲ ਵੀ ਕਿਸੇ ਰੂਪ 'ਚ ਮਿਲਣਾ, ਪਰ ਗੁਰੂ ਸਾਹਿਬ ਨੇ ਕਨਫਰਮ ਕਿਹਾ ਵੀ ਘੱਟ ਘੱਟ ਮੈਂ ਹਾਰਜੂ ਬਸੈ ਸੰਤਨ ਕੈ ਉਪਕਾਰ। ਹੁਣ ਜੇ ਬੰਦਾ ਦੂਸਰੇ ਦੇ ਵਿੱਚੋਂ ਰੱਬ ਦਾ ਰੂਪ ਵੇਖੇਗਾ, ਕੁਦਰਤੀ ਗੱਲ ਵੀ ਕਾਮ ਵਸ ਹੋ ਕੇ ਕਿਸੇ ਦਾ ਰੇਪ ਨਹੀਂ ਕਰੇਗਾ, ਕਿਸੇ ਦੇ ਲਈ ਅਸ਼ਲੀਲਤਾ ਬਨ ਦੇ ਅੰਦਰ ਨਹੀਂ ਆਏਗੀ, ਕੁਦਰਤੀ ਤੌਰ ਤੇ ਸਾਰਾ ਸੰਸਾਰ ਜਿਹੜਾ ਬਦਲ ਜਾਏਗਾ। ਇਸੇ ਤਰ੍ਹਾਂ ਜੇ ਦੂਜੇ ਦੇ ਅੰਦਰ ਅਸੀਂ ਰੱਬ ਵੇਖਦੇ ਹਾਂ ਤੇ ਕੋਈ ਬੰਦਾ ਰੱਬ ਦੇ ਖਿਲਾਫ ਸਾਜਿਸ਼ ਨਹੀਂ ਕਰ ਸਕਦਾ, ਈਰਖਾ ਦਵੈਸ਼ ਨਫ਼ਰਤ ਨਹੀਂ ਕਰ ਸਕਦਾ, ਕ੍ਰੋਧ ਨਹੀਂ ਸਾਨੂੰ ਆਏਗਾ ਦੂਜੇ ਦੇ ਉੱਤੇ। ਇਹਦਾ ਮਤਲਬ ਕ੍ਰੋਧ ਦੇ ਉੱਤੇ ਅਸੀਂ ਕਾਬੂ ਪਾ ਲਾਂਗੇ। ਜੇ ਦੂਸਰੇ ਦੇ ਵਿੱਚ ਅਸੀਂ ਰੱਬ ਵੇਖ ਰਹੇ ਹਾਂ ਤੇ ਕੋਈ ਬੰਦਾ ਦੂਜੇ ਨੂੰ ਰਿਸ਼ਵਤ ਦੇ ਅਧੀਨ ਨਹੀਂ ਲੁੱਟੇਗਾ, ਦੁਕਾਨ ਤੇ ਗਲਤ ਮਾਲ ਨਹੀਂ ਵੇਚੇਗਾ, ਆਪਣਾ ਕੋਈ ਵੀ ਪ੍ਰੋਫੈਸ਼ਨ ਹੋਏ ਉਹ ਕਿਸੇ ਦੇ ਨਾਲ ਜਿਹੜਾ ਲੋਕਾਂ ਨੂੰ ਲੁੱਟਣ ਵਾਲੀ ਚਾਲ ਨਹੀਂ ਚੱਲੇਗਾ, ਕਿਉਂਕਿ ਦੂਜੇ ਦੇ ਅੰਦਰ ਰੱਬ ਵੇਖਿਆ ਜਾ ਰਿਹਾ। ਇਸੇ ਤਰ੍ਹਾਂ ਦੂਸਰੇ ਦੇ ਅੰਦਰ ਜੇ ਰੱਬ ਵੇਖਿਆ ਜਾਏ ਤੇ ਮੋਹ ਵਸ ਹੋ ਕੇ ਬੰਦਾ ਬਹੁ ਪਰਪੰਚ ਕਰ ਪਰਤਾ ਲਿਆਵੈ, ਸੁਖ ਦਾਰਾ ਪੈ ਆਨ ਲੁਟਾਵੈ, ਕੇਵਲ ਆਪਣੇ ਪਰਿਵਾਰ ਲਈ ਨਹੀਂ ਸਾਰੀ ਦੁਨੀਆਂ ਲਈ ਕੰਮ ਕਰੇਗਾ। ਜੇ ਦੂਸਰੇ ਦੇ ਅੰਦਰ ਰੱਬ ਵੇਖਿਆ ਜਾਏਗਾ ਤੇ ਫਿਰ ਹੰਕਾਰੀ ਬਣ ਕੇ ਰੱਬ ਦੇ ਸਾਹਮਣੇ ਨਹੀਂ ਪੇਸ਼ ਹੋਇਆ ਜਾ ਸਕਦਾ। ਫਿਰ ਬੰਦਾ ਨਿਮਰਤਾ ਦੇ ਨਾਲ ਨਾ ਜਾਤ ਪਾਤ ਨਾ ਊਂਚ ਨੀਚ ਨਾ ਜਿਹੜਾ ਬੰਦੇ ਦੇ ਚਿਹਰੇ ਕਰਕੇ ਕਿਸੇ ਕਾਰਨ ਕਰਕੇ ਵੀ ਉਹ ਬੰਦਾ ਦੂਜੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕਰੇਗਾ। ਇਹਦਾ ਮਤਲਬ ਅਸਲ ਦੇ ਵਿੱਚ ਸਾਰੇ ਮਸਲੇ ਹੱਲ ਹੁੰਦੇ ਨੇ ਜਿੱਦਣ ਰੱਬ ਦੇ ਨਾਲ ਬੰਦੇ ਦੀ ਲਿਵ ਜੁੜ ਜਾਏ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਮਾਇਆ ਦੇ ਪ੍ਰਭਾਵ ਤੋਂ ਉਹ ਬੰਦਾ ਮੁਕਤ ਹੋ ਜਾਂਦਾ ਜਿਹਦਾ ਮੂੰਹ ਗੁਰੂ ਵੱਲ ਹੋ ਜਾਏ ਤੇ ਅਕਾਲ ਪੁਰਖ ਵਾਹਿਗੁਰੂ ਮਿਹਰ ਕਰਕੇ ਜਿਹਨੂੰ ਗੁਰਮੁਖ ਬਣਾ ਦੇ। ਇੱਕ ਹੋਰ ਗੱਲ ਕਿਰਪਾ ਦੀ ਸਮਝਣ ਵਾਲੀ ਹੈ, ਆਪਾਂ ਕਿਰਪਾ ਦੇ ਲਈ ਬੰਦਾ ਲੈਕਚਰ ਦੇ ਸਕਦਾ, ਕਿਰਪਾ ਦੇ ਲਈ ਜਾਂ ਧਰਮ ਦੀ ਦੁਨੀਆਂ ਨੂੰ ਸਮਝਿਆ ਜ਼ਰੂਰ ਜਾ ਸਕਦਾ, ਪਰ ਜਿਹੜਾ ਸੱਚ ਬੋਲਣ ਦਾ ਅਹਿਸਾਸ ਹੈ ਨਾ ਉਹ ਕੋਈ ਹੋਰ ਬੰਦਾ ਨਹੀਂ ਪੈਦਾ ਕਰ ਸਕਦਾ। ਨਾ ਤੇ ਕੈਸਟ ਬੰਦੇ ਦੇ ਅੰਦਰ ਲਾ ਦਿੱਤੀ ਜਾਏ ਕੱਲ ਤੂੰ ਸੱਚ ਬੋਲੇ, ਨੇਕੀ ਕਰੇ, ਪਰ ਉਪਕਾਰ ਕਰੇ, ਇਹ ਅਹਿਸਾਸ ਰੱਬ ਆਪ ਹੀ ਪੈਦਾ ਕਰਦਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ ਹੈ, ਗੁਰਮੁਖ ਜਿਸ ਨੂੰ ਆਪ ਕਰੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਜਿਹਦਾ ਮੂੰਹ ਗੁਰੂ ਵੱਲ ਕਰਦੇ ਗੁਰਮੁਖ ਜਿਹਨੂੰ ਬਣਾ ਲਏ ਤੇ ਸੋ ਹੋਵੇ, ਇੱਕ ਸੋ ਲਿਵ ਲਾਏ, ਉਹਦੀ ਇੱਕ ਰੱਬ ਦੇ ਨਾਲ ਲਿਵ ਜੁੜ ਜਾਂਦੀ ਹੈ। ਕਹਾ ਨਾਨਕ ਆਪ ਕਰਤਾ, ਗੁਰੂ ਅਮਰਦਾਸ ਜੀ ਕਹਿੰਦੇ ਨੇ ਉਹ ਰੱਬ ਆਪ ਕਰਤਾ ਹੈ, ਆਪੇ ਹੁਕਮ ਬੁਝਾਏ, ਆਪਣਾ ਹੁਕਮ ਵੀ ਕੁਦਰਤ ਦੇ ਵਿੱਚੋਂ ਆਪ ਹੁਕਮ ਦੀ ਸੂਝਬੂਝ ਬਖਸ਼ਿਸ਼ ਕਰਦਾ। ਵੇਖੋ ਗੁਰੂ ਨਾਨਕ ਸਾਹਿਬ ਦੀ ਦੂਸਰੀ ਪੌੜੀ ਹੈ ਨਾ ਹੁਕਮ ਦੀ, ਉਹਦੇ ਜ਼ਿਕਰ ਕੀਤਾ ਹਜ਼ੂਰ ਨੇ ਹੁਕਮੀ ਹੋਵਣ ਕਾਰ ਹੁਕਮ ਨਾ ਕਹਿ ਜਾਏ, ਹੁਕਮੀ ਹੋਵਣ ਜੀ ਹੁਕਮ ਲਵੜਿਆ। ਦੁਨੀਆਂ ਤੇ ਜਿੰਨੀ ਵਡਿਆਈ ਮਿਲਦੀ ਹੈ ਉਹ ਹੁਕਮ ਦੇ ਨਾਲ, ਹੁਕਮੀ ਉੱਤਮ ਨੀਚ। ਰੱਬ ਦੇ ਦੋ ਨਿਯਮ ਕੰਮ ਕਰਦੇ ਨੇ ਦੁਨੀਆਂ 'ਚ, ਜੇ ਬੰਦੇ ਨੇ ਨਿਯਮ ਬੰਨਣਾ ਤਾਂ ਵੀ ਉਹ ਕਿਸੇ ਨਾ ਕਿਸੇ ਨਿਯਮ ਨੂੰ ਕੁਦਰਤ ਦੇ ਨੂੰ ਅਪਣਾ ਰਿਹਾ ਹੁੰਦਾ, ਤੇ ਜੇ ਉਹਨੇ ਉੱਚਾ ਬੰਨਣਾ ਤਾਂ ਵੀ ਉਹ ਕਿਸੇ ਨਿਯਮ ਨੂੰ ਅਪਣਾ ਰਿਹਾ ਹੁੰਦਾ। ਹੁਕਮ ਲਿਖ ਦੁੱਖ ਸੁੱਖ ਪਾਈਆਂ, ਦੁਖੀ ਜ਼ਿੰਦਗੀ ਜਿਉਣ ਦੇ ਵੀ ਆਪਣੇ ਨਿਯਮ ਨੇ ਤੇ ਸੁਖੀ ਬਣਾਉਣ ਦੇ ਵੀ ਆਪਣੇ ਨਿਯਮ ਨੇ। ਤੇ ਲਾਸਟ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਵੀ ਇੱਕ ਹੁਕਮੀ ਸਦਾ ਭੁਆਈਆਂ, ਇੱਕ ਨਾ ਹੁਕਮੀ ਬਖਸ਼ਿਸ਼। ਜੇ ਬੰਦੇ ਨੇ ਰੱਬ ਦੀ ਬਖਸ਼ਿਸ਼ ਹਾਸਲ ਕਰਨੀ ਤਾਂ ਵੀ ਉਹਨੂੰ ਨਿਯਮਾਂ ਨੂੰ ਫੋਲੋ ਕਰਨਾ ਪਏਗਾ। ਇੱਕ ਹੁਕਮੀ ਸਦਾ ਭੁਆਈਆਂ, ਜੇ ਭਟਕਣਾ ਤੇ ਰਹਿਣਾ ਤਾਂ ਵੀ ਕਾਮ ਕ੍ਰੋਧ ਰੋਮ ਮੋਹ ਹੰਕਾਰ ਨੂੰ ਫੋਲੋ ਕਰਦਾ। ਦੋਵੇਂ ਹੱਥ ਅਕਾਲ ਪੁਰਖ ਨੇ ਬੁਰਾ ਭਲਾ ਦੋ ਖੇਲ ਉਪਾਏ, ਦੋ ਖੇਡ ਪੈਦਾ ਕਰ ਦਿੱਤੀ ਕੁਦਰਤ ਦੇ ਅੰਦਰ, ਬੁਰਾ ਤੇ ਭਲਾ। ਇਹਨੂੰ ਲਾਸਟ ਇੱਕ ਅਰਜ਼ ਕਰਨੀ ਬਸ ਇੱਕ ਵਿਦਵਾਨ ਦੀ ਗੱਲ ਕਹਿ ਕੇ, ਉਹ ਕਹਿੰਦਾ ਜਿਵੇਂ ਕੋਈ ਬੰਦਾ ਅਮੀਰ ਆਪਣਾ ਘਰ ਬਣਾਉਂਦਾ, ਘਰ ਬਣਾਉਂਦਿਆਂ ਉਹਨੇ
ਬਾਹਰੋਂ ਬਿਲਡਿੰਗ ਤੇ ਬਹੁਤ ਵਧੀਆ ਪੈਸਾ ਲਾਇਆ ਪਰ ਘਰ ਦੇ ਵਿੱਚ ਗਟਰ ਵੀ ਉਹ ਉਸੇ ਪੈਸੇ ਨਾਲ ਉਸੇ ਮਟੀਰੀਅਲ ਨਾਲ ਲਾਇਆ ਹੁਣ ਉਹਨੂੰ ਕਿਹਾ ਜਾਏ ਵੀ ਅਸਲ ਵਿੱਚ ਤੂੰ ਘਰ ਤੇ ਇੰਨਾ ਪੈਸਾ ਲਾਇਆ ਗਟਰ ਤੇ ਬੜੀ ਗੰਦੀ ਚੀਜ਼ ਹੁੰਦੀ ਹੈ ਉਹਦੇ ਤੇ ਜਿਹੜਾ ਤੂੰ ਆਪਣਾ ਪੈਸਾ ਕਿਉਂ ਖਰਚ ਰਿਹਾ ਉਹੀ ਮਟੀਰੀਅਲ ਕਿਉਂ ਉਹ ਕਹਿੰਦਾ ਮੇਰਾ ਘਰ ਕੰਪਲੀਟ ਹੀ ਤਾਂ ਹੁੰਦਾ ਵੀ ਜੇ ਆਹ ਸਾਰੀਆਂ ਚੀਜ਼ਾਂ ਹੋਣ ਸੇਮ ਕੁਦਰਤ ਦੇ ਅੰਦਰ ਬੁਰੇ ਭਲੇ ਮਨੁੱਖ ਦੁਨੀਆਂ ਦੇ ਹਮੇਸ਼ਾ ਰਹੇ ਨੇ ਇਹਨੂੰ ਵੇਖ ਕੇ ਸੰਸਾਰ ਨਾਲ ਨਫ਼ਰਤ ਨਹੀਂ ਕਰਨੀ ਇਹ ਜਿਹੜੀ ਸਾਰੀ ਪੌੜੀ ਮਾਇਆ ਦੀ ਖੇਡ ਹੈ ਆਪਣਾ ਗੁਰੂ ਦੇ ਰਾਹੀਂ ਰੋਲ ਪਲੇ ਕਰਨਾ ਗੁਰੂ ਵੱਲ ਮੂੰਹ ਕਰਕੇ ਆਪ ਇਹਦੇ ਵਿੱਚ ਭ੍ਰਸ਼ਟ ਨਹੀਂ ਹੋਣਾ ਆਪ ਵਿਕਾਰਾਂ ਦੇ ਵਿੱਚ ਨਹੀਂ ਫਸਣਾ ਤੇ ਧਾਰਮਿਕ ਬੰਦੇ ਦਾ ਫਰਜ਼ ਬਣਦਾ ਕਿ ਆਪ ਸਤ ਸੰਤੋਖ ਦਇਆ ਧਰਮ ਨੇਕੀ ਨੂੰ ਅਪਣਾ ਕੇ ਭਾਵੇਂ ਜੇ ਸਥਾਨ ਤੇ ਟਿਕ ਜਾਏ ਨਾ ਬੰਦਾ ਵੇਖੋ ਗੁਰੂਆਂ ਨੇ ਬੜਾ ਪਰਉਪਕਾਰ ਕੀਤਾ ਤੇ ਅੱਜ ਨੇਕੀ ਕਰਦਿਆਂ ਬੰਦਾ ਕਹਿੰਦਾ ਜੀ ਬੜਾ ਲੋਕਾਂ ਦਾ ਭਲਾ ਕਰਕੇ ਵੇਖਿਆ ਲੋਕੀ ਤੇ ਚੰਗਾ ਸਿਲਾ ਨਹੀਂ ਦਿੰਦੇ ਇਸ ਕਰਕੇ ਅਸੀਂ ਵੀ ਲੋਕਾਂ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਪਰ ਜਿਨ੍ਹਾਂ ਨੇ ਮਨੁੱਖਤਾ ਦੇ ਲਈ ਆਪਣਾ ਪੂਰਾ ਪੂਰਾ ਪਰਿਵਾਰ ਵਾਰਿਆ ਦਿਨ ਰਾਤ ਵਰਕ ਕੀਤਾ ਉਹਨਾਂ ਦੇ ਅੰਦਰ ਕੋਈ ਗਿਲਾ ਸ਼ਿਕਵਾ ਨਹੀਂ ਵੀ ਲੋਕ ਸਾਨੂੰ ਜਿਹੜਾ ਪੂਜਣ ਨਾ ਪੂਜਣ ਨੇਕੀ ਦਾ ਸਿਲਾ ਨੇਕੀ ਚ ਦੇਣ ਨਾ ਦੇਣ ਉਹਨਾਂ ਨੇ ਬਸ ਸਾਡੇ ਤੇ ਪਰਉਪਕਾਰ ਕਰ ਦਿੱਤਾ ਅਨਕੰਡੀਸ਼ਨਲੀ ਲਵ ਮਨੁੱਖਤਾ ਦੇ ਨਾਲ ਕੀਤਾ ਇੱਥੇ ਵੀ ਗੁਰੂ ਸਾਹਿਬ ਸਾਰੀ ਪੌੜੀ ਦੇ ਅੰਦਰ ਇਹ ਸਮਝਾ ਰਹੇ ਨੇ ਵੀ ਸਾਨੂੰ ਵੀ ਰੱਬ ਨੇ ਪੈਦਾ ਕੀਤਾ ਹੈ ਮਾਇਆ ਨੂੰ ਵੀ ਰੱਬ ਨੇ ਪੈਦਾ ਕੀਤਾ ਹੈ ਰੱਬ ਦਾ ਹੁਕਮ ਹੀ ਸਾਰੀ ਦੁਨੀਆ ਤੇ ਚੱਲ ਰਿਹਾ ਕੁਝ ਲੋਕ ਕਾਮ ਕ੍ਰੋਧ ਰੋਹ ਅਹੰਕਾਰ ਚ ਨੇ ਕੁਝ ਗੁਰੂ ਦੇ ਰਾਹੀਂ ਜੀਵਨ ਜਿਉਣ ਦਾ ਢੰਗ ਸਿੱਖ ਲੈਂਦੇ ਨੇ ਤੇ ਧਾਰਮਿਕ ਬੰਦਾ ਉਹ ਹੈ ਜਿਹੜਾ ਗੁਰੂ ਰਾਹੀਂ ਸਿੱਖ ਕੇ ਇੱਕ ਰੱਬ ਦੇ ਨਾਲ ਲਿਪ ਜੋੜ ਕੇ ਆਪਣਾ ਮਨੁੱਖਾ ਜੀਵਨ ਸਫਲਾ ਕਰੇ ਤੇ ਅਸਲ ਦੇ ਵਿੱਚ ਕਰਤੇ ਨੂੰ ਇਸ ਕੁਦਰਤ ਦੇ ਵਿੱਚੋਂ ਪਹਿਚਾਣ ਲਏ ਗੁਰੂ ਸਾਹਿਬ ਜੀ ਮਿਹਰ ਕਰਨ ਇਹ ਅਮੋਲਕ ਵਿਚਾਰ ਜੋ ਧੰਨ ਗੁਰੂ ਅਮਰਦਾਸ ਜੀ ਨੇ ਇਸ ਪੌੜੀ ਦੇ ਅੰਦਰ ਬਖਸ਼ਿਸ਼ ਕੀਤੇ ਨੇ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।